ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਇਤਿਹਾਸ ਵਿੱਚੋਂ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੋਂ ਲੈ ਕੇ ਜਥੇਦਾਰ ਸੁਖਦੇਵ ਸਿੰਘ ਜੀ ਤੱਕ ਸੰਤ ਸਿਪਾਹੀ ਗੁਰਸਿੱਖਾਂ ਦੀਆਂ ਪ੍ਰੇਰਣਾਦਾਇਕ ਸਾਖੀਆਂ ਸੁਣਦੇ ਆ ਰਹੇ ਹਾਂ। ਪਰ ਅੱਜ ਇੱਕ ਸਵਾਲ ਆਮ ਪੁੱਛਿਆ ਜਾਂਦਾ ਹੈ ਕਿ ਕੀ ਪੁਰਾਤਨ ਸਮੇਂ ਵਰਗੀਆਂ ਬਖਸ਼ੀਆਂ ਰੂਹਾਂ ਮੌਜੂਦਾ ਸਮੇਂ ਵਿੱਚ ਵੀ ਸਾਡੇ ਦਰਮਿਆਨ ਹਨ। ਅੱਜ ਅਸੀਂ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਦੀ 19 ਫਰਵਰੀ 2013 ਨੂੰ ਕੀਤੀ ਇੱਕ ਇੰਟਰਵਿਊ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਭਾਈ ਸਾਹਿਬ ਜੀ ਉਹਨਾਂ ਮਿੱਤਰਤਾਵਾਂ, ਰੂਹਾਨੀ ਤਜਰਬਿਆਂ ਅਤੇ ਪ੍ਰੇਰਨਾਵਾਂ ਦੀ ਸਾਂਝ ਸਾਡੇ ਨਾਲ ਪਾਉਂਦੇ ਹਨ। ਇਹਨਾਂ ਨੇ ਭਾਈ ਸਾਹਿਬ ਜੀ ਦੇ ਜੀਵਨ ਨੂੰ ਮੌਜੂਦਾ ਸਮਿਆਂ ਦੇ ਸੰਤ ਸਿਪਾਹੀ ਵਿੱਚ ਬਦਲ ਦਿੱਤਾ। ਭਾਈ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਅੰਮ੍ਰਿਤ ਸੰਚਾਰ ਸੇਵਾ ਕਰਨ ਵਿੱਚ ਲਾ ਦਿੱਤਾ ਅਤੇ 1978 ਤੋਂ ਆਰੰਭ ਹੋਏ ਮੌਜੂਦਾ ਸਿੱਖ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕੀਤਾ। ਭਾਈ ਸਾਹਿਬ ਯੂਰਪ ਦੀਆਂ ਸੰਗਤਾਂ ਲਈ ਇੱਕ ਉਮੀਦ ਦੀ ਕਿਰਨ ਅਤੇ ਚਾਨਣ ਮੁਨਾਰਾ ਬਣੇ ਰਹੇ। ਪੰਥ ਲਈ ਭਾਈ ਸਾਹਿਬ ਦੀਆਂ ਕੀਤੀਆਂ ਸੇਵਾਵਾਂ ਦੀ ਕੋਈ ਸੀਮਾ ਨਹੀਂ ਹੈ। ਆਪ ਜੀ ਨੇ ਆਪਣੇ ਗ੍ਰਹਿ ਆਏ ਹਰ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕਰਨ ਦੇ ਨਾਲ ਨਾਲ ਉਹਨਾਂ ਨੂੰ ਹਰ ਤਰ੍ਹਾਂ ਦੀ ਦੁਨਿਆਵੀ ਸਲਾਹ ਵੀ ਦਿੱਤੀ ਅਤੇ ਰੂਹਾਨੀ ਮਾਰਗ ਦਰਸ਼ਨ ਵੀ ਕੀਤਾ। ਉਹਨਾਂ ਨੇ ਕੌਮ ਦੀ ਪਨੀਰੀ ਨੂੰ ਅੰਮ੍ਰਿਤ ਛਕਣ ਅਤੇ ਪੰਥ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਭਾਈ ਸਾਹਿਬ ਜੀ ਕਿਹਾ ਕਰਦੇ ਸਨ ਕਿ ਉਹ ਖੁਸ਼ਕਿਸਮਤ ਹਨ, ਉਹਨਾਂ ਉੱਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਉਹਨਾਂ ਦਾ ਸੰਨ 1975 ਵਿੱਚ ਖਾਲਸਾ ਪੰਥ ਅੰਦਰ ਅਸਲ ਜਨਮ ਹੋਇਆ ਹੈ। ਜਦੋਂ ਕਦੇ ਵੀ ਨੌਜਵਾਨ ਭਾਈ ਸਾਹਿਬ ਜੀ ਨੂੰ ਅਧਿਆਤਮਕ ਦੇ ਰਾਹ 'ਤੇ ਤਰੱਕੀ ਕਰਨ ਬਾਰੇ ਪੁੱਛਦੇ ਤਾਂ ਆਪ ਜੀ ਦਾ ਆਮ ਇਹੀ ਜਵਾਬ ਹੁੰਦਾ ਸੀ ਕਿ ਇਸ ਬਾਰੇ ਗੱਲ ਕਰਨ ਨਾਲੋਂ ਕਮਾਈ ਕਰਨੀ ਚਾਹੀਦੀ ਹੈ। ਪਰ ਇਸ ਇੰਟਰਵਿਊ ਵਿੱਚ ਭਾਈ ਸਾਹਿਬ ਜੀ ਬੜੀ ਨਿਮਰਤਾ ਨਾਲ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ ਹਨ ਤਾਂ ਕਿ ਨੌਜਵਾਨ ਚੜ੍ਹਦੀ ਕਲਾ ਵੱਲ ਵੱਧ ਸਕਣ ਅਤੇ ਗੁਰਮਤਿ ਗਾਦੀ ਰਾਹ 'ਤੇ ਚੱਲਣ ਲਈ ਹੋਰ ਉਤਸ਼ਾਹਿਤ ਹੋਣ। ਸਿੱਖ ਪੰਥ ਨੂੰ ਭਾਈ ਸਾਹਿਬ ਜੀ ਦੀ ਆਖਰੀ ਬੇਨਤੀ ਸੀ ਕਿ ਗੁਰੂ ਜੀ ਦਾ ਹੁਕਮ ਮੰਨੋ, ਅੰਮ੍ਰਿਤ ਛਕੋ, ਗੁਰਬਾਣੀ ਨਾਲ ਪਿਆਰ ਕਰੋ ਅਤੇ ਸਦਾ ਨਾਮ ਜਪਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਹਿਲਾਂ ਤਾਂ ਆਪਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਕਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦਾ ਜਨਮ ਕਿੱਥੇ ਹੋਇਆ, ਮਾਤਾ ਦਾ ਨਾਂ ਕੀ ਸੀਗਾ, ਕਿਹੜੇ ਪਿੰਡ ਵਿੱਚ ਜਨਮ ਹੋਇਆ? ਮੇਰਾ ਜਨਮ ਹੋਇਆ ਪਾਕਿਸਤਾਨ ਦੇ ਵਿੱਚ। ਕਿਹੜਾ ਜ਼ਿਲ੍ਹਾ? ਇਹ 21 ਚੱਕ ਲੈਲਪੁਰ ਜ਼ਿਲ੍ਹਾ। ਕਿਉਂ, ਤੁਹਾਡਾ ਪਿੰਡ ਕਿਹੜਾ? ਹੁਣ ਮੇਰਾ ਪਿੰਡ ਚੀਮੇ ਨੂਰ ਮਹਿਲ। ਤੇ ਮਾਪਿਆਂ ਦਾ ਨਾਮ? ਲਸ਼ਕਰ ਸਿੰਘ, ਬੀਬੀ ਕਰਤਾਰ ਕੌਰ। ਤੁਹਾਡੇ ਜਵਾਨੀ ਵਿੱਚ ਕੋਈ ਸਿੱਖੀ ਦੇ ਕੋਈ ਹੋਈ ਹੋਵੇ, ਤਜਰਬਾ ਸਿੱਖੀ ਦਾ ਐਕਸਪੀਰੀਅੰਸ ਕੋਈ ਹੈ ਜਵਾਨੀ ਵਿੱਚ? ਜਵਾਨੀ ਵਿੱਚ ਪਰ ਮੇਰਾ ਜਦੋਂ ਕਿਤੇ ਕੀਰਤਨ ਸੁਣਨਾ ਅਤੇ ਉਦੋਂ ਥੋੜ੍ਹਾ ਬਰਾਗ ਆਉਣਾ ਵੀ ਮੈਂ ਵੀ ਅੰਮ੍ਰਿਤ ਛਕਣਾ, ਮੈਂ ਵੀ ਇੱਥੇ ਮਤਲਬ ਜਦੋਂ ਆਪਣੇ ਮਾਂ ਪਿਓ ਨਾਲ ਵੀ ਲੜਨਾ ਉਦੋਂ ਵੀ ਕਹਿਣਾ ਮੈਂ ਅੰਮ੍ਰਿਤ ਛਕ ਲੈਣਾ ਅਤੇ ਫਿਰ ਪਰ ਅੰਮ੍ਰਿਤ ਦੀ ਦਾਤ ਮਿਲੀ ਨਹੀਂ, ਅੰਮ੍ਰਿਤ ਦੀ ਦਾਤ ਇੱਥੇ ਆ ਕੇ ਹੀ ਮਿਲੀ ਆ। ਪ੍ਰੇਰਿਆ ਵੀ ਵਾਹਿਗੁਰੂ ਨੇ ਤਾਂ ਤੁਹਾਨੂੰ ਤੋਰਿਆ ਵੀ ਉਹਨੇ ਹੀ, ਸਭ ਕੁਛ ਹੀ ਉਹਨੇ ਹੀ ਕੀਤਾ ਕਿਸੇ ਨੇ ਪ੍ਰੇਰਿਆ, ਉਹ ਨਾ ਕੋਈ ਸਿੰਘ ਸਿਖਾਈ ਇੱਥੇ। ਜਿਹੜੇ ਜੇਲ੍ਹ ਦੇ ਹਾਲਤ ਸੀ ਉਹ ਇੱਦਾਂ ਦੇ ਨਹੀਂ ਸੀ ਜਿੱਦਾਂ ਦੇ ਹੁਣ ਆ। ਹੁਣ ਤਾਂ ਬਹੁਤ ਸਹੂਲਤਾਂ ਆ ਜੇਲ੍ਹ ਦੇ ਵਿੱਚ, ਟੋਇਲਟਾਂ ਵੀ ਹੈਗੀਆਂ, ਖਾਣ ਪੀਣ ਦੀਆਂ ਵੀ ਬੜੀਆਂ ਸਹੂਲਤਾਂ, ਹੋਰ ਏ ਸੀ ਦੀਆਂ ਵਗੈਰਾ ਕੁਛ ਦੀਆਂ ਹੈਗੀਆਂ। ਅੱਗੇ ਕੋਈ ਇੱਦਾਂ ਦੀ ਸਹੂਲਤ ਕੋਈ ਨਹੀਂ ਸੀ, ਅੱਗੇ ਬੰਦੇ ਨੂੰ ਹਾਰਡ ਤੋਂ ਹਾਰਡ ਤੰਗ ਕਰਨ ਦੀ ਹੁੰਦੀ ਸੀ ਵੀ ਵੱਧ ਤੋਂ ਵੱਧ ਇਹਨੂੰ ਤਕਲੀਫ ਦਿੱਤੀ ਜਾਵੇ, ਸਖ਼ਤ ਸਜ਼ਾ ਦਿੱਤੀ ਜਾਵੇ, ਇਹਨਾਂ ਨੂੰ ਕਿਸੇ ਨਾਲ ਬੋਲਣਾ ਨਾ ਦਿੱਤਾ ਜਾਵੇ, ਇਹਨਾਂ ਨੂੰ
ਰੋਟੀ ਵੀ ਜੇ ਚਾਰ ਕੰਧਾਂ ਤਾਂ ਇੱਕ ਦਿਓ ਅਤੇ ਉਹ ਇੱਦਾਂ ਦੀਆਂ ਤਕਲੀਫਾਂ ਦਿੰਦੇ ਸੀਗੇ। ਬਾਕੀ ਜਿਹੜੀ ਕੁੱਟ ਮਾਰਦੀ ਤਾਂ ਉਹ ਤਾਂ ਸਾਰਿਆਂ ਨੂੰ ਉਹ ਤਾਂ ਬੇਸ਼ੁਮਾਰ ਹੀ ਸੀ, ਉਹਨਾਂ ਦਾ ਕੋਈ ਆਪਾਂ ਅੰਦਾਜ਼ਾ ਲਾ ਹੀ ਨਹੀਂ ਸਕਦੇ। ਜੇਲ੍ਹ ਵਿੱਚ ਸਿੰਘ ਆਪਣਾ ਜਿਹੜਾ ਜਿਹਨਾਂ ਨੂੰ ਤਾਂ ਨਾਮ ਦੀ ਗੁੜਤੀ ਸੀਗੀ, ਜਿਹਨਾਂ 'ਤੇ ਵਾਹਿਗੁਰੂ ਦੀ ਕਿਰਪਾ ਸੀ, ਨਾਮ ਦ੍ਰਿੜ ਸੀ, ਉਹ ਤਾਂ ਆਪਣੇ ਨਾਮ ਦੇ ਵਿੱਚ ਆਪਣੀ ਸੱਤ ਜੋੜੀ ਰੱਖਦੇ ਸੀ ਅਤੇ ਜਿਹੜੇ ਦੂਏ ਸੀ ਉਹ ਗੱਲਾਂ ਬਾਤਾਂ ਕਰਕੇ ਆਪਣਾ ਟਾਈਮ ਲੰਘਾਉਂਦੇ ਸੀ। ਪਰ ਉਹਨਾਂ ਦਾ ਟਾਈਮ ਜਿਹੜਾ ਗੱਲਾਂ ਬਾਤਾਂ ਕਰੀਆਂ ਕਿ ਆਦਮੀ ਕਰ ਲਊਗਾ, ਜਿਹੜਾ ਜਿੱਦਾਂ ਹੁਣ ਭਾਈ ਸਾਹਿਬ ਸੀ ਆਪਣੇ, ਇਹਨਾਂ ਨੂੰ ਇਕੱਲਿਆਂ ਨੂੰ ਕੋਠੀ ਮਿਲੀ ਸੀ, ਇੱਕ ਕਮਰਾ ਮਿਲਿਆ ਸੀ ਅਤੇ ਉਹਦੇ ਵਿੱਚ ਆਪਣਾ ਸਾਰੀ ਦਿਹਾੜੀ ਆਪਣਾ ਸਿਮਰਨ ਕੀਰਤਨ ਕਰਦੇ ਰਹਿੰਦੇ ਸੀ ਅਤੇ ਇਹਨਾਂ ਨੂੰ ਤੁਸੀਂ ਆਪ ਕਰਕੇ ਦੇਖ ਲਓ, ਦਿਹਾੜੀ ਇੱਕ ਮਿੰਟ 'ਚ ਲੰਘ ਜਾਂਦੀ ਆ। ਅਤੇ ਜੇ ਤੁਸੀਂ ਇਕੱਲੇ ਬੈਠੇ ਰਹੋ, ਤੁਹਾਡੇ ਅੰਦਰ ਕੁਛ ਨਹੀਂ ਹੈ, ਤਾਂ ਫਿਰ ਉਹ ਦਿਹਾੜੀ ਵੀ ਤੁਹਾਨੂੰ ਪਹਾੜੇ ਬਣ ਸਾਲ ਦਾ ਸਾਲ ਇੱਕ ਦਿਹਾੜੀ ਵੀ ਸਾਲ ਦਾ ਸਾਰ ਜਿੱਡੀ ਹੋ ਜਾਂਦੀ। ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਸਿਮਰਨ ਕਰਦਿਆਂ ਜਾਂ ਪਾਠ ਕਰਦਿਆਂ 24 ਘੰਟੇ ਵੀ ਇੱਕ ਮਿੰਟ ਲੱਗਦੇ ਆ? ਹਾਂਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਮੈਂ ਕਰਕੇ ਦੇਖਿਆ। ਪਰ 24 ਘੰਟੇ ਹੀ ਆ ਉਹ ਤਾਂ ਘੜੀ ਤਾਂ ਉਸ ਟਾਈਮ ਚੱਲੂਗੀ, ਘੜੀ ਚੱਲੀ ਘੜੀ ਚੱਲਦੀ ਰਹੇ ਨਾ ਚੱਲਦੀ ਰਹੇ, ਉਹ ਤੁਹਾਨੂੰ ਜਦੋਂ ਪਤਾ ਉਦੋਂ ਲੱਗਣਾ ਹੈ ਇੰਨੇ ਘੰਟੇ ਲੰਘਾ, ਪਤਾ ਹੀ ਨਹੀਂ ਲੱਗਾ ਹੁੰਦਾ ਕੀ ਉਸ ਟਾਈਮ 'ਚ ਹੋਣਾ ਕੀ ਆ ਉਹਦੇ ਵਿੱਚ। ਤੁਹਾਡਾ ਹੋਰ ਪਾਸੇ ਦੁਨੀਆ ਵੀ ਕੰਮਾਂ ਵਿੱਚ ਧਿਆਨ ਨਹੀਂ ਜਾਂਦਾ। ਕੋਈ ਰਸ ਆ, ਕੋਈ ਉਹਦੇ ਵਿੱਚ ਕੋਈ ਸਵਾਦ ਆ, ਕੋਈ ਉਹਦੇ ਵਿੱਚ ਕੋਈ ਰੋਸ਼ਨੀ ਆ, ਕੀ ਆ ਜਿੱਥੇ ਜਿੱਥੇ ਮਨ ਟਾਈਮ ਜਿਹੜਾ ਨਾਮ ਅਭਿਆਸ ਕਰਦਾ ਸਿੰਘ, ਜੇ ਤੇ ਗੁਰੂ ਦੀ ਕਿਰਪਾ ਆ, ਉਹਨੂੰ ਹਰੇਕ ਚੀਜ਼ 'ਚ ਸਵਾਦ ਆਉਂਦਾ। ਗੁਰਬਾਣੀ ਪੜ੍ਹੇ ਤਾਂ ਵੀ ਉਹਨੂੰ ਰਸ ਆਉਣਾ, ਹੋਰ ਉਹ ਬਾਣੀ ਪੜ੍ਹਨ ਤੋਂ ਹਟ ਨਹੀਂ ਆਉਂਦਾ। ਅਤੇ ਜੇ ਨਾਮ ਸਿਮਰਨ ਲੱਗਿਆ ਤਾਂ ਨਾਮ ਸਿਮਰਨ ਦੇ ਵਿੱਚ ਵੀ ਉਹਨਾਂ ਲਈ ਜੇ 4 ਘੰਟੇ ਬਹਿ ਗਿਆ ਤਾਂ ਉਹਦੇ ਲਈ 1 ਮਿੰਟ ਹੀ ਆ। ਇੱਦਾਂ ਹੀ ਮੈਂ ਆਪਣੇ ਨਕੋਦਰ ਵਾਲੇ ਮਾਰਡੀ ਵਾਲਾ ਸਿੰਘ ਜਿਹੜਾ ਡਾਕਟਰ ਆ ਦਲੀਪ ਸਿੰਘ, ਉਹ ਵੀ ਜੋ ਪਾਠ 'ਤੇ ਜਦੋਂ ਮੈਂ ਉਹਦੇ ਕੋਲ ਕਈ ਵਾਰੀ ਉਹਨੂੰ ਮਿਲਣ ਗਿਆ ਅਤੇ ਉਹ ਜਦੋਂ ਕਹਿੰਦੇ ਵੀ ਅੱਜ ਪਾਠ ਕਰਦਾ, ਸਵੇਰ ਦਾ ਗਿਆ ਤਾਂ ਕਾਲਾ ਨੂੰ ਉੱਠ ਕੇ ਆਉਣਾ, ਮਤਲਬ ਆਪਣੇ ਅੰਗ ਨਹੀਂ ਵੀ ਅੱਧਾ ਘੰਟਾ ਬੈਠ ਗਿਆ ਤਾਂ ਪਾਸੇ ਮਾਰਨਾ ਪਿਆ। ਉਹ ਜੇ ਪਾਠ 'ਤੇ ਬਹਿ ਗਿਆ ਹੁਣ ਤਾਂ ਕਾਲਾ ਸਵੇਰ ਦਾ ਗਿਆ 7-8 ਵਜੇ ਦਾ, ਤਾਂ ਕਾਲਾ ਨੂੰ 5-6 ਵਜੇ ਦਾ ਰਸ ਉੱਠਣਾ। ਇਸੇ ਤਰ੍ਹਾਂ ਜਿਹੜੇ ਹੋਰ ਨਾਮ ਅਭਿਆਸੀ ਆ ਉਹਨਾਂ ਦਾ ਵੀ ਹਾਲ ਇਹ ਹੀ ਆ ਵੀ ਜਦੋਂ ਬਾਬੇ ਦੀ ਕਿਰਪਾ ਆ ਉਹਨਾਂ 'ਤੇ, ਪਰ ਉਹ ਉਹਨਾਂ ਨੂੰ ਆ ਟਾਈਮ ਟੂਮ ਦਾ ਨਹੀਂ ਕੋਈ ਪਤਾ ਲੱਗਦਾ। ਭਾਈ ਸਾਹਿਬ, ਭਾਈ ਰਣਧੀਰ ਸਿੰਘ ਲਿਖਦੇ ਆ ਕਿ ਜਿਹੜਾ ਰਸ ਆ ਨਾਮ ਦਾ, ਇਹਦੇ ਇਹ ਇੱਕ ਖਾਸ ਰਸ ਆ, ਇਹ ਐਵੇਂ ਫੋਕਾ ਗਿਆਨ ਨਹੀਂ ਹੋ ਵੀ ਜੀ ਕੋਈ ਮਨ ਚਾਚੀਰਾਜ ਹੋ ਗਿਆ, ਪਰ ਇਹ ਕਹਿੰਦੇ ਇਹਦਾ ਆਪਣਾ ਸਵਾਦ ਆ, ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਇਹਦਾ ਮੈਂ 100% ਮੈਂ ਕਹਿੰਦਾ ਮੈਂ ਠੀਕ ਆ, ਬਾਬਾ ਭਾਈ ਸਾਹਿਬ ਕਹਿੰਦੇ ਆ ਕੀ ਰਸ ਆ, ਹੋਇਆ ਕਿਹੋ ਜਿਹਾ ਰਸ ਆ ਰਸ? ਹੁਣ ਮੈਂ ਵੀ ਨਹੀਂ ਇਹ ਰਸ ਤੈਨੂੰ ਦੱਸ ਸਕਦਾ, ਇਹ ਗੁੰਗੇ ਦੀ ਮਠਿਆਈ ਖਾਣ ਵਾਲਾ ਹੀ ਰਸ ਆ। ਹੁਣ ਕੋਈ ਚੀਜ਼ ਹੋਵੇ ਤਾਂ ਦੱਸਦਾ ਵਾ ਮੈਂ ਇਹਦੇ ਵਰਗਾ ਰਸ ਆ। ਸ਼ੱਕਰ ਖੰਡ ਨਵਾਤ ਗੁੜ ਮੱਖਾ ਦੁੱਧ ਸਭੇ ਵਸਤੂ ਮਿੱਠੀਆ ਰੱਬ ਨਾਲ ਪੁੱਜਦਾ ਤੇ ਸਭੀਆਂ ਇਹ ਰਸ ਥੱਲੇ ਦੇ ਆ, ਪਰ ਉਹ ਰਸ ਉਹ ਰਸ ਛੱਡਿਆ ਨਹੀਂ ਜਾ ਸਕਦਾ ਜਿਹਨੂੰ ਆ ਗਿਆ ਤੇ ਆਉਣ ਦੀ ਕੀ ਨਿਸ਼ਾਨੀ ਹੈ? ਆਉਣ ਦੀ ਉਹਦੀ ਨਿਸ਼ਾਨੀ ਇਹੀ ਆ ਵੀ ਉਹਦਾ ਅੱਧਾ ਦੁਨੀਆ ਵੀ ਕੰਮ ਆ, ਇਹਨੂੰ ਬਹੁਤ ਫਿਜੂ ਜਿਹਾ ਲੱਗਦੇ ਆ ਐਵੇਂ, ਉਹ ਇੱਧਰ ਨੂੰ ਉਹਨਾਂ ਦੀ ਰੁਚੀ ਨਹੀਂ ਹੁੰਦੀ, ਮਾੜਾ ਮੋਟਾ ਕਿਤੇ ਕਰ ਛੱਡਿਆ ਜਾਂ ਨਾ ਕਰ ਛੱਡਿਆ, ਇਹਨਾਂ ਨੂੰ ਉਹਨਾਂ ਦਾ ਮਾਇੰਡ ਨਹੀਂ ਹੁੰਦਾ। ਜਿੱਦਾਂ ਦੁਨਿਆਵੀ ਕੰਮਾਂ ਦਾ ਵਿੱਚ ਜਿੱਦਾਂ ਉਹ ਗੁਰੂ ਦੀ ਸੇਵਾ ਕਰਦੇ ਆ, ਮੱਥਾ ਟੇਕ ਲਿਆ ਤਾਂ ਰਾਤ ਪ੍ਰਸ਼ਾਦਾ ਛਕ ਲਿਆ ਤਾਂ ਘਰ ਨੂੰ ਆ ਗਿਆ, ਉਹ ਟੈਂਪਰੇਰੀ ਜਿਹਾ ਕੰਮ ਗੁਰਦੁਆਰੇ ਜਾਣਾ ਤਾਂ ਗੁਰ ਆ ਜਾਣਾ, ਉਹ ਕੋਈ ਗੁਰੂ ਦੀ ਸੇਵਾ ਨਹੀਂ। ਐਵੇਂ ਹੀ ਬਾਬਾ ਕਹਿੰਦਾ ਇੱਦਾਂ ਦਾ ਭਾਵੇਂ 100 ਗੜਾ ਦਿਹਾੜੀ ਜਾਓ ਤਾਂ 100 ਗੜਾ ਜਾਓ, ਕੋਈ ਗੱਲ ਨਹੀਂ ਬਣਨੀ ਹੈ ਜਿੰਨਾ ਚਿਰ ਤੁਹਾਡੇ ਮਨ ਦੇ ਵਿੱਚ ਪਿਆਰ ਨਹੀਂ, ਜਿਹਨੂੰ ਪ੍ਰੇਮ ਕਿਹੋ ਅਤੇ ਨਹੀਂ ਫਲ ਪਾਇਓ ਅਤੇ ਨਹੀਂ ਫਲ ਪਾਇਓ। ਜਿਹੜੇ 5 ਆ ਅਤੇ ਹਰ ਨੂੰ ਸਤਾ ਰਹੇ ਆ, ਹਾਂਜੀ ਇਹਨੂੰ ਰਸ ਆ ਰਿਹਾ ਕਿ ਉਹਨੂੰ ਨਹੀਂ ਸਤਾਉਂਦੇ? ਨਹੀਂ, ਉਹਦੇ ਆਪਣੇ ਸਭ ਕੁਛ ਡੈਡ ਹੋ ਜਾਂਦਾ ਹੈ। ਤੁਹਾਡੇ ਕਹਿਣ ਦਾ ਮੁਤਾਬਕ ਆ ਵੀ ਜਿਹਨਾਂ ਦੇ ਅੰਦਰ ਰਸ ਆ ਗਿਆ ਉਹ ਦੁਬਾਰਾ ਥੱਲੇ ਨਹੀਂ ਆ ਸਕਦੇ? ਨਹੀਂ। ਭਾਈ ਸਾਹਿਬ ਲਿਖਦੇ ਅੰਮ੍ਰਿਤ ਸੰਚਾਰ ਪੁਸਤਕ ਵਿੱਚ ਭਾਈ ਸਰਵਣ ਸਿੰਘ ਬਹੁਤ ਉੱਚੀ ਅਵਸਥਾ ਦੇ ਮਾਲਕ ਸੀਗੇ, ਉਹਨਾਂ ਦੇ ਅੰਦਰ ਸ਼ੁਸ਼ੂ ਹਉਮੈ ਆਉਣ ਕਰਕੇ ਉਹ ਥੱਲੇ ਗਿਰ ਗਿਆ ਸੀਗੇ। ਉਹਨਾਂ ਦੇ ਵਿੱਚ ਹਾਲੇ ਪੂਰੀ ਸਟੇਜ 'ਤੇ ਗਏ ਨਾ ਹੋਣਗੇ, ਪਰ ਜਿਹਨਾਂ ਨੂੰ ਆ ਗਿਆ ਰਸ
ਔਰ ਫਿਰ ਉਹ ਆਂਧਰਾ ਰਸ ਨਹੀਂ ਫਿਰ ਲੱਟ ਉਹਨਾਂ ਨੂੰ ਫਿਰ ਚੰਗਾ ਨਹੀਂ ਲੱਗਦਾ ਜਿਹਨਾਂ ਨੂੰ ਹਰ ਰਸ ਆ ਗਿਆ ਨਾ ਉਹ ਫਿਰ ਆਂਧਰਾ ਰਸ ਵਗੈਰ ਹੋਰ ਰਸਾਂ ਵੱਲ ਬਣਦੇ ਦੌੜਦੇ ਹੋ ਉਹਨਾਂ 'ਚ ਉਹ ਉੱਧਰ ਨੂੰ ਵਰਤੀ ਨਹੀਂ ਜਾਂਦੀ ਇਹ ਜਿਹੜਾ ਰਸ ਆ ਇਹ ਆਉਂਦਾ 10 ਵਾਰ ਫਿਰ ਤੋਂ ਪਹਿਲਾਂ ਕਿ ਬਾਅਦ 'ਚ ਇਹ 10 ਵਾਰ ਦਾ ਤੁਹਾਨੂੰ 10 ਵਾਰ ਤੋਂ ਪਹਿਲਾਂ ਕਿੱਦਾਂ ਆ ਜਾਊਗਾ ਇਹ ਜਦੋਂ ਤੁਹਾਡਾ ਦਸ ਰਸ ਆਉਣੇ ਆ ਕਾਮ ਕਰੋ ਲੋ ਮੋਹਕਾਰ ਤੋਂ ਤੁਹਾਨੂੰ ਛੁਟਕਾਰਾ ਹੋਣਾ ਫਿਰ ਹੀ 10 ਦਵਾਰ 'ਚ ਜਾ ਹੋਣਾ ਉਦੋਂ ਪਹਿਲਾਂ ਨਹੀਂ ਉਹਦੇ ਖੁੱਲ੍ਹਣ ਕੀ ਨਿਸ਼ਾਨੀਆਂ 10 ਵਾਰ ਖੁੱਲ੍ਹਦੀਆਂ ਉਹਦੇ ਖੁੱਲ੍ਹਣ ਦੀ ਇਹ ਨਿਸ਼ਾਨੀ ਆ ਵੀ ਜਦੋਂ ਤੁਸੀਂ ਨਾਮ ਸਿਮਰਨਾ ਤਾਂ ਨਾਮ ਦੇ ਵਿੱਚ ਤੁਹਾਨੂੰ ਇੰਨਾ ਰਸ ਹੋਣਾ ਅਤੇ ਜਦੋਂ ਤੁਸੀਂ ਗੁਰਬਾਣੀ ਪੜ੍ਹਨੀ ਉਹਦੇ ਵਿੱਚ ਇੰਨਾ ਰਸ ਹੋਣਾ ਬਾਕੀ ਆ ਤੁਹਾਡੇ ਦੁਨੀਆਂ ਵੀ ਕੰਮ ਸਾਰੇ ਸਾਰੇ ਭੁੱਲ ਜਾਣੇ ਹਾਂਜੀ ਅਨਹਦ ਸ਼ਬਦ ਤਾਂ ਜਿਹੜੇ ਤੁਸੀਂ ਉੱਚੀ ਵਾਸਤਾ ਹੈ ਉੱਚੀ ਵਾਸਤਾ ਉਹ ਅਨਹਦ ਸ਼ਬਦ ਤਾਂ ਕਈ ਕਈ ਉਹਨਾਂ ਦੇ ਨਾਂ ਰੱਖੇ ਹੋਏ ਜਦ ਕੜ ਮਾੜੀ ਮਾੜੀ ਟਨ ਟਨ ਹੁੰਦੀ ਹੁੰਦੀ ਉਹਨੂੰ ਵੀ ਅਨਹਦ ਕਹਿ ਦਿੰਦੇ ਤੇਰੇ ਮੇਰੇ ਗੱਲਾਂ ਬਾਤ ਖੜਕਾਖ ਹੁੰਦਾ ਹੋਵੇ ਮਾੜਾ ਜਿਹੜਾ ਉਹਨੂੰ ਵੀ ਅਨਹਦ ਕਹਿ ਦਿੰਦੇ ਉਹ ਪਰ ਅਨਹਦ ਜਿਹੜੀ 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 ਸਟੇਜ ਆ ਉਹ ਬਹੁਤ ਉੱਚੀ ਆ ਰਸ ਤੋਂ ਬਾਅਦ ਰਸ ਰਸ ਹੀ ਫਿਰ ਜਦੋਂ ਤੁਸੀਂ ਉੱਥੇ ਪਹੁੰਚਦੇ ਹਾਂ ਕਈ ਕਹਿੰਦੇ ਕਿ ਜਿਹੜੇ ਅਨਹਦ ਸ਼ਬਦ ਦੇ 5 ਆਵਾਜ਼ਾਂ ਆ ਸਾਜਾਂ ਦੀਆਂ ਹਾਂਜੀ ਤੁਹਾਡਾ ਕੀ ਵਿਚਾਰ ਇਹਦੇ ਬਾਰੇ ਨਹੀਂ ਜ਼ਿਆਦਾ ਆਵਾਜ਼ਾਂ ਆ ਪੰਜਾਂ ਨਾਲ ਉਹ ਕੁਛ ਹੋਰ ਚੀਜ਼ ਹੈ ਇਹਦੇ ਵਿੱਚ ਭਾਈ ਸਾਹਿਬ ਕਹਿੰਦੇ ਕਿ ਕੀਰਤਨ ਜਿੱਦਾਂ ਹੁੰਦਾ ਗੁਰਬਾਣੀ ਇਸ ਤਰ੍ਹਾਂ ਆ ਇੱਦਾਂ ਵੀ ਹੈਗਾ ਕੀਰਤਨ ਤਾਂ ਬਾਅਦ ਵੀ ਸੁਣ ਸਕਦੇ ਆਪਾਂ ਨਹੀਂ ਆਹ ਤਾਂ ਬਾਹਰਲਾ ਤਾਂ ਉਹ ਇਹਦਾ ਇਹਦਾ ਰਸ ਹੋ ਰਿਹਾ ਉਹਦਾ ਹੋ ਰਿਹਾ ਹਾਂਜੀ ਪਰ ਇਹ ਇਹ ਤੁਹਾਡੀ ਦੁਨਿਆਵੀ ਧੁਣਾ ਆ ਉਹ ਜਿਹੜੀਆਂ ਉਹ ਦੁਨੀਆਂ ਆਕਾਸ਼ਬਾਣੀ ਵੱਲੋਂ ਆਉਂਦੀਆਂ ਜਿਹੜੀਆਂ ਨਾ ਉਹਦਾ ਉਹਦਾ ਤਾਂ ਰਸ ਇਹਦੇ ਰਸ ਨਾਲ ਤਾਂ ਜ਼ਮੀਨ ਸਮਾਨ ਦਾ ਫਰਕ ਆ ਫਿਰ ਜੇ ਉਹ ਆ ਜਾਵੇ ਇਹਦੀ ਕੀ ਲੋੜ ਆ ਇਹਦੀ ਵੀ ਨਾਲ ਲੋੜ ਆ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਇੱਦਾਂ ਨਾ ਵੀ ਤੁਸੀਂ ਰਸ ਆ ਗਿਆ ਤਾਂ ਹੁਣ ਤੁਸੀਂ ਸਾਰਿਆਂ ਨੂੰ ਛੱਡ ਕੇ ਕੁੰਜੇ ਜਾ ਕੇ ਬਹਿ ਜਾਓ ਸੰਗਤ ਦੇ ਵਿੱਚ ਤਾਂ ਤੁਹਾਡਾ ਬਹਿਣਾ ਗੁਰੂ ਦਾ ਹੁਕਮ ਆ ਤੁਹਾਡੀ ਤੁਹਾਡੀ ਲਾਗ ਦੇ ਨਾਲ ਹੋਰਾਂ ਨੂੰ ਵੀ ਲਾਗ ਲੱਗਣੀ ਆ ਹਾਂਜੀ ਪਰ ਉਹ ਆਪਣਾ ਰਸ ਸ਼ੋਅ ਨਹੀਂ ਕਰਦੇ ਗੁੱਝੇ ਵੀ ਨਹੀਂ ਰਹਿ ਸਕਦੇ ਕਿ ਉਹਨਾਂ ਦੇ ਗੁਣਾਂ ਤੋਂ ਉਹ ਪ੍ਰਗਟ ਹੋ ਜਾਂਦੇ ਆ ਪਰ ਬਾਕੀ ਲੋਕ ਕਿੱਦਾਂ ਦੇਖਣ ਜਿਹਨੂੰ ਕੋਈ ਰਸ ਆਇਆ ਉਹ ਆਪਣਾ ਲੋਕੋ ਕੇ ਹੀ ਰੱਖਦਾ ਉਹ ਕਹਿੰਦਾ ਨਹੀਂ ਮੈਂ ਪਾ ਲਿਆ ਪਰ ਮੈਨੂੰ ਆਹ ਪ੍ਰਗਟ ਆਹ ਚੀਜ਼ ਪ੍ਰਗਟ ਹੋ ਗਈ ਆ ਉਹ ਆਪਣੇ ਆਪ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕਰਦਾ ਪਰ ਗੁਪਤ ਬਾਬਾ ਕਹਿੰਦਾ ਗੁਰਬਾਣੀ ਕਹਿੰਦੀ ਆ ਉਹ ਗੁਪਤ ਰਹਿੰਦੀ ਨਹੀਂ ਹੈ ਬਸ ਆਹ ਨਾਮ ਜਪੋ ਸੰਗਤ ਕਰੋ ਬਕਾਰਾਂ ਨੂੰ ਛੁੱਟੀ ਦਿਓ ਕਿੰਨੇ ਘੰਟੇ 24 ਘੰਟੇ ਹੀ ਸੌਣ ਦੇ ਵਿੱਚ ਵੀ ਨਾਮ ਸਿਮਰ ਗੁਰਬਾਣੀ ਪੜ੍ਹਨ ਦੇ ਵਿੱਚ ਵੀ ਨਾਮ ਸਭ ਕੁਛ ਕਰਦਿਆਂ ਦੇ ਜੇ ਕੋਈ ਕਹੇ ਵੀ 4 ਘੰਟੇ ਅਮਰ ਤੋਲਾ ਕਰੋ ਤਾਂ ਬਾਕੀ ਸਾਰੀ ਗੱਪਾਂ ਛਾਪਾਂ ਮਾਰੋ 2 ਹਫ਼ਤੇ ਲਈ ਕਰੋ ਤਾਂ ਤੁਹਾਡੀ ਗੱਲ ਬਣ ਜਾਣੀ ਆ ਨਹੀਂ ਇੱਦਾਂ ਨਹੀਂ ਬਣਦੀ ਗੱਲ ਫਿਰ ਤਾਂ 24 ਘੰਟੇ ਕੰਮ ਤੁਹਾਡੀ ਤੁਸੀਂ ਨਾਮ ਹੀ ਜਪੋ ਤਾਂ ਵੀ ਜਪ ਹੋ ਜਾਂਦਾ ਜਪ ਹੋਣਾ ਇਹ ਤਾਂ ਟੁੱਟਣੀ ਨਹੀਂ ਦਾ ਹੁਣ ਆਪਾਂ ਗੱਲਾਂ ਬਾਤ ਕਰਦੇ ਹਾਂ ਅਤੇ ਨਾਮ ਚੱਲਣਾ ਚਾਹੀਦਾ ਜੇ ਨਹੀਂ ਚੱਲਦਾ ਤਾਂ ਹਲੇ ਫਿਰ ਹਲੇ ਹੋਰ ਲੋੜ ਆ ਤੁਹਾਨੂੰ ਨਾਮ ਵਿਆਸ ਦੀ ਭਾਈ ਸਾਹਿਬ ਦੇ ਬਾਬਤ ਲਿਖਿਆ ਆ ਵੀ ਭਾਈ ਸਾਹਿਬ ਨੂੰ ਬਹੁਤ ਤਸੀਹ ਦਿੱਤੇ ਗਏ ਜੇਲ੍ਹ ਵਿੱਚ ਹਾਂਜੀ ਫਿਰ ਉਹ ਜਿੱਦਾਂ ਆਮ ਲੋਕ ਸੀ ਉੱਦਾਂ ਨਹੀਂ ਸੀ ਉਹ ਕਰਦੇ ਉਹ ਆਪਣਾ ਨਾਮ ਅਭਿਆਸ ਕਰਦੇ ਸੀਗੇ ਕੀਰਤਨ ਕਰਦੇ ਸੀ ਅਤੇ ਉਹ ਕੁਝ ਕੋਈ ਗੱਲ ਉਹਨਾਂ ਨੂੰ ਦੱਸਦੇ ਨਹੀਂ ਸੀਗੇ ਜੋ ਪੰਥ ਦੀਆਂ ਵਿਚਾਰਾਂ ਜੋ ਬਾਹਰਲੇ ਪੰਥ ਦਾ ਕੰਮ ਹੁੰਦਾ ਸੀ ਉਹਨਾਂ ਨਾਲ ਸੀਗਰੀਆਂ ਗੱਲਾਂ ਸੀ ਉਹ ਪੁੱਛਦੇ ਸੀ ਉਹਨਾਂ ਨੂੰ ਨਹੀਂ ਸੀ ਦੱਸਦੇ ਬਾਕੀ ਉਹ ਜਿਹੜੇ ਬਾਟਿਆਂ ਤੋਂ ਇਹਨਾਂ ਤੋਂ ਭਾਂਡਿਆਂ ਤੋਂ ਵੀ ਦੁਖੀ ਸੀ ਵੀ ਸਾਡੇ ਇਹਨਾਂ ਨਾਲ ਭਾਂਡਿਆਂ ਵਿੱਚ ਰੋਟੀ ਨਹੀਂ ਖਾਂਦਾ ਅਤੇ ਰੋਟੀ ਇਹ ਆਪਣੇ ਸਾਰ ਲੋਹ ਦੇ ਭਾਂਡੇ ਵਰਤਦੇ ਸੀਗੇ ਫਿਰ ਉਹਨਾਂ ਨੇ ਇੱਕ ਦੋ ਵਾਰੀ ਇੱਦਾਂ ਕੀਤਾ ਵੀ ਇਹਨਾਂ ਨੂੰ ਭਾਂਡੇ ਭੰਨ ਦਿੱਤੇ ਉਹ ਇੱਕ ਵਾਰੀ ਯੂਜ ਕਰਕੇ ਤੋ ਉਹਨਾਂ ਤੋਂ ਕਈ ਕਈ ਸਾਲ ਕਈ ਕਈ 20-20 ਦਿਨ 40-40 ਦਿਨ ਇਹਨਾਂ ਨੂੰ ਜਿੱਦਾਂ ਸਟਰਾਈਕ ਕਰੀ ਦੀ ਇੱਦਾਂ ਸਟਰਾਈਕ ਕੀਤੀ ਅਤੇ ਮੈਂ ਦੋਵੇਂ ਭਾਂਡੇ 'ਚ ਵੱਟ ਨਹੀਂ ਖਾਣਾ ਅਤੇ ਮੈਂ ਭੁੱਖਾ ਰਹਿ ਲਊਂਗਾ ਭਾਈ ਸਾਹਿਬ ਕਹਿੰਦੇ ਆ ਵੀ ਜੋ ਉਹਨਾਂ ਨੂੰ ਸੀਗੇ ਮਿਲੇ ਇਹ ਸੀਗੇ ਪੂਰੇ ਕਰਮਾਂ ਦੇ ਹਿਸਾਬ ਨਾਲ ਤੁਹਾਡਾ ਕੀ ਵਿਚਾਰ ਹੈ
ਹਾਂ ਮੈਂ ਵੀ ਇਹ ਸੁਣਿਆ ਵੀ ਉਹ ਕਹਿੰਦੇ ਪੂਰਵਾ ਦੱਸ ਹੈਗਾ ਪਰ ਪੂਰਵੇ ਚੜ੍ਹ ਹੁੰਦਾ ਜੇ ਇੱਥੇ ਨਾ ਪੰਥ ਦੀ ਸੇਵਾ ਕਰਦੇ ਤਾਂ ਉਹ ਕਿੱਥੇ ਡੰਡ ਪੈਣਾ ਸੀ ਇਹਨਾਂ ਨੂੰ, ਕਿੱਥੇ ਜੇਲ੍ਹ 'ਚ ਜਾਣਾ ਸੀ ਇਹਨਾਂ ਨੂੰ ਪੰਥ ਦੀ ਸੇਵਾ ਕੀਤੀ ਤਾਂ ਇਹਨਾਂ ਨੂੰ ਉਸ ਜੇਲ੍ਹ ਦੇ ਵਿੱਚ ਜੇਲ੍ਹ 'ਚ ਜਾਣਾ ਪਿਆ, ਇੱਥੇ ਦੇ ਕਾਨੂੰਨ ਵੀ ਨਾਲ ਹੈਗੇ ਆ ਭਾਈ ਸਾਹਿਬ ਇੰਨੀ ਸਟਰੋਂਗ ਤਾਂ ਹੈਗਾ ਜੇਲ੍ਹ ਵਿੱਚ ਇਹ ਆਪਣਾ ਸਿਰਡ ਹੁੰਦਾ ਜਿੱਦਾਂ ਆਪਣਾ ਸਿਰਡੀ ਸੀਗੇ ਇਹ ਸਿਰਡੀ ਸੀਗੇ ਵੀ ਜਿੱਥੇ ਜੋ ਮੈਨੂੰ ਬਾਬੇ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ ਇਹ ਤਾਂ ਸਰੀਰ ਚੱਲ ਜਾਵੇ ਤਾਂ ਚੱਲ ਜਾਵੇ ਪਰ ਮੈਂ ਗੁਰੂ ਦੀ ਰਹਿਤ ਨਹੀਂ ਛੱਡਣਾ ਚਾਹੁੰਦਾ। ਤਾਂ ਆਪਾਂ ਆਪਣੀ ਜਿਹੜੀ ਆਪਣੀ ਵਸਤਾ ਆ ਇਹ ਆ ਆਪਣਾ ਕਹਿੰਦੇ ਵੀ ਸਰੀਰ ਵੱਜ ਜਾਵੇ ਤਾਂ ਗੁਰੂ ਦਾ ਦੀ ਰਹਿਤ ਜਾਂਦੀ ਤਾਂ ਜਾਂਦੀ ਲੱਗੇ ਜੋ ਮਰਜ਼ੀ ਹੋ ਜਾਵੇ ਪਰ ਸਾਡਾ ਸਰੀਰ ਵੱਜ ਜਾਵੇ ਸਾਰਾ ਆਪਾਂ ਸਭ ਕੁਛ ਉਲਟੇ ਹੀ ਚੱਲਦੇ ਹਾਂ ਤਕਰੀਬਨ ਆਪਣੇ ਸਰੀਰ ਨੂੰ ਬਚਾਉਣ ਦੇ ਹਰੇਕ ਹਰੀਲਾ ਕਰੀਦਾ ਪਰ ਗੁਰੂ ਦੇ ਉਪਦੇਸ਼ ਨੂੰ ਕਮਾਉਣ ਦਾ ਆਪਾਂ ਉਹਦਾ ਜਦੋਂ ਹਿੱਲਾ ਨਹੀਂ ਹੁੰਦਾ ਜਦੋਂ ਜਿਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਨਹੀਂ ਆਪਾਂ ਤਨ ਮਨ ਧੰਨ ਕਰਕੇ ਕਮਾਉਂਦੇ ਉਹਨਾਂ ਚਿਰ ਗੱਲ ਨਹੀਂ ਬਣਦੀ। ਕਈ ਕੁਛ ਕਹਿੰਦੇ ਵੀ ਗੱਲ ਬਣਨੀ ਆ ਸਾਸ ਗ੍ਰਹਿ ਜਪਣ ਨਾਲ, ਹਾਂਜੀ ਕਹਿੰਦੇ ਕਿ ਰਸਨਾ ਨਾਲ ਜਪਣਾ ਗੱਲ ਨਹੀਂ ਬਣਨੀ, ਤੁਹਾਡਾ ਕੀ ਵਿਚਾਰ ਆ ਕਿ ਰਸਨਾ ਨਾਲ ਗੱਲ ਬਣ ਸਕਦੀ ਹੈ ਕਿ ਰਸਨਾ ਜਪਣ ਨਾਲ? ਰਸਨਾ ਦੇ ਨਾਲ ਜਪਣ ਦੇ ਨਾਲ ਤੁਸੀਂ 24 ਘੰਟੇ ਨਹੀਂ ਸਿਮ ਸਕਦੇ, ਜਦੋਂ ਤੁਸੀਂ ਖਾਣਾ ਉਦੋਂ ਵੀ ਰਹਿ ਜਾਂਦਾ, ਜਦੋਂ ਤੁਸੀਂ ਸੌਣਾ ਉਦੋਂ ਵੀ ਰਹਿ ਜਾਂਦਾ, ਜਦੋਂ ਜੇ ਤੁਸੀਂ ਸਾਸ ਗ੍ਰਹਿ ਜਪਦੇ ਹਾਂ ਤੁਹਾਨੂੰ ਸੁੱਤਿਆਂ ਪਿਆਂ ਨੂੰ ਸਾਹ ਆਉਣਾ, ਰੋਟੀ ਖਾਂਦਿਆਂ ਨੂੰ ਵੀ ਸਾਹ ਆਉਣਾ, ਗੱਲਾਂ ਕਰਦਿਆਂ ਨੂੰ ਹੁਣ ਆਪਾਂ ਨੂੰ ਸਾਹ ਆਉਂਦਾ ਹੀ ਆ, ਇਹ ਆਪਣੀ ਸੁਰਤ ਤੋਂ ਸ਼ਬਦ ਨੂੰ ਟੁੱਟਣਾ ਨਹੀਂ ਚਾਹੀਦਾ, ਆਪਣੀ ਸੁਰਤ ਵਿੱਚ ਵਾਹਿਗੁਰੂ ਨੂੰ ਹਰ ਵੇਲੇ ਇਹਦੇ ਨਾਲ ਜੁੜਿਆ ਰਹਿਣਾ ਚਾਹੀਦਾ। ਨਹੀਂ ਸਵਾਸਾਂ ਦੀ ਤੁਹਾਡੀ ਸੁਰਤ ਵਿੱਚ ਵਾਹਿਗੁਰੂ ਦਾ ਸ਼ਬਦ ਟਿਕਿਆ ਰਹਿਣਾ ਚਾਹੀਦਾ, ਹਾਂਜੀ ਬਿਨ ਬਿਨ ਰਸਣਾ ਇਹ ਆਪਣੇ ਮਤਲਬ ਸੁਰਤ ਦੇ ਨਾਲ ਨਾਮ ਜਪਣਾ, ਇਹਦੇ ਵਿੱਚ ਕੋਈ ਨਾ ਬੁੱਲ ਹਿੱਲਣਾ ਨਾ ਰਸਣਾ ਹਿੱਲਣੀ ਨਾ ਕੋਈ ਅੰਗ ਹਿੱਲਣਾ। ਇਹ ਜਦੋਂ ਤੁਸੀਂ ਨਾਮ ਅਭਿਆਸ ਕਰਦੇ ਹਾਂ ਤਾਂ ਥੋੜ੍ਹਾ ਜਿਹਾ ਹੋਰ ਕਰ ਲਓ ਫਿਰ ਆਪੇ ਪਤਾ ਲੱਗ ਜੂ। ਭਾਈ ਸਾਹਿਬ ਦੇ ਜੇਲ੍ਹ ਵਿੱਚ ਜਿਹੜੇ ਸੀਗੇ ਜੇਲਰ ਉਹ ਕਿੱਦਾਂ ਉਹਨਾਂ ਨਾਲ ਵਰਤਾਅ ਕਰਦੇ ਰਹੇ? ਜੇਲਰ ਤਾਂ ਤੈਨੂੰ ਪਤਾ ਹੀ ਆ ਵੀ ਹਰੇਕ ਚੀਜ਼ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ, ਅਤੇ ਜਦੋਂ ਉਹਨਾਂ ਨੂੰ ਕੋਈ ਖਾਣ ਪੀਣ ਨੂੰ ਕੋਈ ਵੱਡੀ ਵੱਡੀ ਉਹਨਾਂ ਨੂੰ ਵੀ ਰਾਸ਼ਨ ਪਾਣੀ ਥੋੜ੍ਹਾ ਮਾੜਾ ਦੇ ਦਿਓ ਤਾਂ ਫਿਰ ਤੁਹਾਡੀ ਹੈਲਪ ਵੀ ਕਰ ਦਿੰਦੇ ਬਾਹਰੋਂ, ਰਾਸ਼ਨ ਪਾਣੀ ਤੇਲ ਪਾਣੀ ਲਿਆ ਦਿੰਦੇ ਆ, ਜੇ ਨਾ ਦਿਓ ਤਾਂ ਉਹ ਸਖਤੀ ਵੀ ਕਰਦੇ ਆ। ਭਾਈ ਸਾਹਿਬ ਨੂੰ ਇਹ ਦਿੱਤਾ ਗਿਆ ਕਿ ਭਾਈ ਸਾਹਿਬ ਸੰਤ ਸਿਪਾਹੀ ਸੀਗੇ, ਹਾਂਜੀ ਇਹਦਾ ਤੁਹਾਡਾ ਕੀ ਵਿਚਾਰ ਆ ਕੀ ਭਾਵ ਆ ਸੰਤ ਸਿਪਾਹੀ ਦਾ? ਸੰਤ ਸਿਪਾਹੀ ਦਾ ਸਾਹਿਬ ਨਾਮ ਵਿਆਸੀ ਵੀ ਆ ਨਾਲ ਪੰਥ ਦੀ ਸੇਵਾ ਵੀ ਕਰਦੇ ਆ, ਤੇ ਭਾਈ ਸਾਹਿਬ ਦਾ ਕਿਸੇ ਦੇਸ਼ ਦੀ ਸੇਵਾ ਉਹ ਵੀ ਪੰਥ ਜਾਂਦੀ ਆ? ਹਾਂਜੀ ਪੰਥ ਦੇਸ਼ ਦੀ ਸੇਵਾ ਪੰਥ ਦੀ ਸੇਵਾ ਪੰਥ ਦੇ ਵਿੱਚ ਤਾਂ ਸਿਰਫ ਤੁਸੀਂ ਪੰਥ ਨੂੰ ਕਿਹਨੂੰ ਕਹਿੰਦੇ ਆ? ਪੰਥ ਦਾ ਜਿਹੜਾ ਗੁਰੂ ਦਾ ਸਾਜਿਆ ਆ ਉਹਨੂੰ ਪੰਥ ਕਹਿੰਦੇ, ਦੇਸ਼ ਦੀ ਸੇਵਾ ਅਤੇ ਪੰਥ ਦੀ ਸੇਵਾ ਨੂੰ ਆਪਾਂ ਦਾ ਕੰਮ ਹੈਗਾ ਸੇਵਾ ਕਰਨਾ, ਜਿਹੜੀ ਆਪਣੀ ਦੇਹ ਜਾਵੇ ਤਾਂ ਜਾਵੇ ਪਰ ਆਪਣੀ ਜਿਹੜਾ ਸੇਵਾ ਨਾ ਟੁੱਟੇ। ਭਾਈ ਸਾਹਿਬ ਦੀ ਕੀਤੀ ਹੋਈ ਸੇਵਾ ਤੋਂ ਭਾਈ ਸਾਹਿਬ ਫੌਜਾ ਸਿੰਘ ਦੇ ਭਾਈ ਸਿੰਘ ਕਿੱਦਾਂ ਪ੍ਰਭਾਵਿਤ ਹੋਏ, ਕਿਹੋ ਜਿਹੇ ਪ੍ਰਭਾਵਿਤ ਹੋਏ? ਇਹਦੇ ਵਿੱਚ ਮੈਂ ਆਪਣੇ ਤਜਰਬੇ ਦੇ ਨਾਲ ਇਹ ਦੱਸਦਾ ਵੀ ਉਹਨਾਂ ਨੂੰ ਇੰਨਾ ਪ੍ਰਭਾਵ ਤਾਂ ਉਸ ਹੋਏ ਜਿੱਦਣ ਫੌਜਾ ਤੋਂ ਸ਼ਹੀਦ ਹੋਇਆ ਉਦਣ ਸੁਖਦੇਵ ਸਿੰਘ ਦਾ ਵਿਆਹ ਸੀ, ਵਿਆਹ ਦੇ ਵਿੱਚ ਜਦੋਂ ਉਦੋਂ ਪਤਾ ਲੱਗਾ ਵੀ ਫੌਜਾ ਤੋਂ ਸ਼ਹੀਦ ਹੋ ਗਿਆ, ਇੰਨੇ ਸਿੰਘ ਸ਼ਹੀਦ ਹੋ ਗਏ, ਤਾਂ ਉਹਨਾਂ ਨੂੰ ਉੱਥੇ ਹੀ ਤਖ਼ਤ ਸਾਹਿਬ 'ਤੇ ਵਿਆਹ ਹੋਇਆ, ਤਖ਼ਤ ਸਾਹਿਬ 'ਤੇ ਸੌਂਖਾ ਲਈ ਵੀ ਮੈਂ ਉਹਨਾਂ ਜਿੰਨਾ ਚਿਰ ਮੈਂ ਇਹਦਾ ਬਦਲਾ ਨਹੀਂ ਲੈਂਦਾ ਉਨਾ ਚਿਰ ਮੈਂ ਘਰ ਨਹੀਂ ਜਾਊਂਗਾ, ਅਤੇ ਨਾ ਉਹ ਗਿਆ ਜੀ, ਜਦ ਤੱਕ ਸ਼ਹੀਦ ਹੋਇਆ ਗਿਆ ਹੀ ਨਹੀਂ ਉਹ, ਇੰਨਾ ਉਹਦੇ ਆਪਣੇ ਜਿਹੜੇ ਬਚਨ ਵਣ ਕੀਤੇ ਉਹਦੇ ਉਹਨਾਂ ਨੂੰ ਨਵਾਇਆ ਉਹਨਾਂ। ਆਪਾਂ ਨੂੰ ਕੀ ਸਬਕ ਆ ਭਾਈ ਸਾਹਿਬ ਦੀ ਕਮਾਈ ਤੋਂ ਜਿਹੜੀ ਕੀਤੀ ਸੇਵਾ? ਆਪਾਂ ਨੂੰ ਵੀ ਉਸ ਮਾਰਗ 'ਤੇ ਚੱਲਣਾ ਚਾਹੀਦਾ, ਆਪਾਂ ਨੂੰ ਵੀ ਤੁਰ ਕਮਾਈ ਕਰਨੀ ਚਾਹੀਦੀ ਆ, ਪੰਥ ਦੀ ਸੇਵਾ ਕਰਨੀ ਚਾਹੀਦੀ ਆ, ਜਿੱਥੇ ਪੰਥ ਦੀ ਸੇਵਾ ਹੋਵੇ ਉੱਥੇ ਨੱਠ ਕੇ ਜਾਓ, ਇਹ ਨਾ ਹੋਵੇ ਉੱਥੇ ਮੈਨੂੰ ਮੇਰੇ ਉੱਥੇ ਕੁੱਟ ਪੈਣੀ ਆ, ਮੈਨੂੰ ਉੱਥੇ ਆਹ ਸਜ਼ਾ ਮਿਲੂਗੀ, ਮੈਨੂੰ ਪੁਲਿਸ ਅੰਦਰ ਕਰ ਲਊਗੀ, ਇੱਦਾਂ ਦੀਆਂ ਚੀਜ਼ਾਂ ਤੋਂ ਡਰਨਾ ਨਹੀਂ ਚਾਹੀਦਾ। ਤੁਸੀਂ ਆਪਣਾ ਕੰਮ ਜਿਹੜਾ ਗੁਰੂ ਦੇ ਉਪਦੇਸ਼ ਜਿਹੜੇ ਗੁਰੂ ਦਾ ਸ਼ਬਦ ਤੁਹਾਨੂੰ ਸੇਧ ਦਿੰਦਾ ਉਹ ਕੰਮ ਕਰੋ।
ਸਿੱਖਾਂ ਲਈ ਕਿਉਂ ਜ਼ਰੂਰੀ ਹੈ ਕਿ ਉਹ ਸੰਤ ਸਿਪਾਹੀ ਬਣਨ? ਸਿਪਾਹੀ ਤੋਂ ਬਗੈਰ ਕੋਈ ਤੁਹਾਡੇ ਕੋਲ ਤੁਹਾਨੂੰ ਬਗੈਰ ਖਾਲੀ ਹੱਥਾਂ ਦਾ ਕੋਈ ਨਾਮ ਵੀ ਨਹੀਂ ਸਿਮਣ ਦਿੰਦਾ, ਜਿੰਨਾ ਤੁਹਾਡੇ ਕੋਲ ਜਿੰਨਾ ਘੱਟ ਤੁਹਾਡੇ ਕੋਲ ਪਾਵਰ ਨਹੀਂ ਹੈ। ਭਾਈ ਸਾਹਿਬ ਭਾਈ ਅਨੋਖ ਸਿੰਘ ਸ਼ਹੀਦ, ਹਾਂਜੀ, ਉਹਨਾਂ ਬਾਰੇ ਕੁਛ ਦੱਸੋ, ਉਹਨਾਂ ਦੀ ਸੇਵਾ ਭਗਤੀ ਬਾਰੇ, ਉਹਨਾਂ ਦੀ ਕੁਰਬਾਨੀ ਬਾਰੇ ਕੁਛ ਨਹੀਂ? ਉਹਨਾਂ ਦੀ ਭਗਤੀ ਬਾਰੇ ਤਾਂ ਮੈਂ ਇਹੀ ਕਹਿ ਸਕਦਾ ਵੀ ਮੈਂ ਉਹਨਾਂ ਨਾਲ ਕਈ ਵਾਰੀ ਆਪੋ ਵਿੱਚ ਹੀ ਸਾਡਾ ਮੇਲ ਹੁੰਦਾ ਰਿਹਾ ਸੀ, ਇਕੱਠੇ ਵੀ ਦੋ ਦੋ ਵੀਕਾਂ ਰਹੇ ਹਾਂ। ਤੋ ਉਹਨਾਂ ਨੂੰ ਉਹਨਾਂ ਨਾਮ ਸਿਮਰਨ ਵੀ ਬਹੁਤ ਸੀਗਾ, ਅਤੇ ਉਹ ਹਰਿਮੰਦਰ ਸਾਹਿਬ ਦੀ ਸੇਵਾ ਜਿੰਨਾ ਚਿਰ ਉਹ ਉੱਥੇ ਰਹਿੰਦੇ ਸੀ ਉਹ ਕਰਦੇ ਸੀ, ਸਵੇਰ ਨੂੰ ਉੱਠ ਕੇ 12 ਕੁ ਵਜੇ ਜਾ ਕੇ ਉੱਥੇ ਹਰਿਮੰਦਰ ਸਾਹਿਬ ਦੀ ਸਾਰੀ ਧੋਤ ਸਾਰੀ ਵਿਛਾਈ ਧੋਤ ਵਾਈ ਸਾਰੀ ਉਹ ਕਰਦੇ ਹੁੰਦੇ ਸੀ ਆਪਣੇ ਗਰੁੱਪ ਦੇ ਨਾਲ ਜਾ ਕੇ। ਬਾਕੀ ਪੰਥ ਦੀ ਸੇਵਾ ਵਿੱਚ ਵੀ ਕਿਸੇ ਪਾਸੋਂ ਉਹਨਾਂ ਦੀ ਕਿਸੋਂ ਕੋਈ ਕਮੀ ਨਹੀਂ ਦਿਸੀ ਸਾਨੂੰ, ਅਤੇ ਮੈਂ ਵੀ ਉਹਨਾਂ ਦਾ ਸੰਗ ਕੀਤਾ ਸਵੇਰ ਨੂੰ ਨਾ, ਜਦ ਅਸੀਂ ਨਾਮ ਅਭਿਆਸ ਵੇਲੇ ਮੈਂ ਤਾਂ ਮਹਿੰਗਾ ਸੋ ਨਾਮ ਅਭਿਆਸ ਵੇਲੇ ਬਹਿ ਜਾਂਦੇ ਸੀ, ਅਤੇ ਉਹ ਹਰਿਮੰਦਰ ਸਾਹਿਬ ਚਲ ਜਾਂਦੇ ਸੀ ਉਹ ਸੇਵਾ ਕਰਨ। ਜੇਲ੍ਹ ਵਿੱਚ ਉਹਨਾਂ ਨੂੰ ਜਦੋਂ ਪਹਿਲੀ ਵਾਰੀ ਅਰੈਸਟ ਹੋਇਆ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ, ਫਿਰ ਉਹਨਾਂ ਨੂੰ ਸਵਰਨ ਸਿੰਘ ਅਤੇ ਇੱਕ ਹੋਰ ਭਈਆ ਸੀ ਇਹਨਾਂ ਨੂੰ ਫਿਰ ਜੇਲ੍ਹ 'ਚੋਂ ਉਹਨਾਂ ਨੂੰ ਕੱਢਿਆ। ਜੇਲ੍ਹ 'ਚੋਂ ਕੱਢ ਕੇ ਅਤੇ ਫਿਰ ਮਗਰ ਪੁਲਿਸ ਲੱਗੀ ਸੀਗੀ, ਅਤੇ ਇਹ ਭਾਈ ਸਾਹਿਬ ਤਾਂ ਬਚ ਗਏ, ਇਹ ਨਹੀਂ ਆਏ ਸੀ ਪੁਲਿਸ ਦੇ ਹੱਥ 'ਚ, ਪਰ ਉਹ ਸ਼ਹੀਦ ਹੋ ਗਿਆ ਸੀ। ਫਿਰ ਉਹਨਾਂ ਦੂਜੀ ਵਾਰੀ ਫਿਰ ਅਰੈਸਟ ਹੋਇਆ, ਉਦੋਂ ਬਾਅਦ ਫਿਰ ਇਹਨਾਂ ਦੇ ਤਸੀਹੇ ਦਿੱਤੇ, ਅੱਖਾਂ ਵੀ ਕੱਢੀਆਂ ਗਈਆਂ ਇਹਨਾਂ ਦੀਆਂ, ਢੱਡ 'ਚ ਵੀ ਸੂਏ ਤੱਤੇ ਕਰਕੇ ਦਿੱਤੇ ਗਏ, ਹੋਰ ਵੀ ਤਸੀਹੇ ਦਿੱਤੇ ਹੋਣਗੇ, ਪਰ ਜਿੰਨੇ ਕੁ ਮੈਨੂੰ ਪਤਾ ਉਨਾ ਕੁ ਮੈਂ ਦੱਸਦਾ ਹਾਂ। ਇਹਦੇ ਵਿੱਚ ਉਹਨਾਂ ਨੇ ਮਤਲਬ ਕੋਈ ਗੱਲ ਦੱਸੀ ਨਹੀਂ, ਤਸੀਹੇ ਤਾਂ ਜ਼ਰੂਰ ਸਹਿਲਾ, ਸ਼ਹੀਦ ਹੋ ਗਿਆ ਪਰ ਕੋਈ ਸੀਕ੍ਰੇਟ ਗੱਲ ਨਹੀਂ ਕੋਈ ਪੁਲਿਸ ਨੂੰ ਦੱਸੀ। ਉਹਨਾਂ ਵਿੱਚ ਇਹ ਸੀਗੇ ਵੀ ਉਹ ਉਹਨਾਂ ਦੀ ਭਾਈ ਆਪਣੇ ਭਾਈ ਜਨੈਸੋਂ ਵੀ ਸੰਤ ਭਾਈ ਇਹ ਵੀ ਬਹੁਤ ਰਿਸਪੈਕਟ ਕਰਦੇ ਹੁੰਦੇ ਸੀ, ਜਿੱਥੇ ਖੜ੍ਹੇ ਆ ਉਹ ਜੋ ਵਚਨ ਕਰ ਦਿੱਤਾ। ਉਹਨਾਂ ਨੂੰ ਇੱਕ ਦੋ ਵਾਰੀ ਮੈਂ ਵੀ ਕਿਹਾ ਸੀ ਭਾਈ ਸਾਹਿਬ ਆ ਦੋ ਸਾਨੂੰ ਇੰਗਲੈਂਡ ਦਿਖਾ ਲਈਏ, ਕਹਿੰਦਾ ਨਹੀਂ ਅਸੀਂ ਤਾਂ ਸਰਪੰਚ ਦੀ ਸੇਵਾ ਕਰਨ ਆਏ ਹਾਂ, ਸੇਵਾ ਕਰਕੇ ਚਲ ਜਾਣਾ, ਵਿਆਹ ਵੀ ਨਹੀਂ ਕਰਾਉਣਾ। ਨਹੀਂ ਨਹੀਂ ਉਹਨਾਂ ਦੇ ਯਾਦਾਂ ਇਹ ਹੀ ਆ ਬਸ, ਜਿੱਥੇ ਉਹ ਖੜ੍ਹੇ ਸੀ ਜਿੱਥੇ ਮਤਲਬ ਮੈਂ ਨਾ ਬਾਹਲਾ ਪਿਆਰ ਕਰਦੇ ਹੁੰਦੇ ਜੀ, ਜਦੋਂ ਕਿਤੇ ਮੈਂ ਇੱਧਰ ਨੂੰ ਆਉਣਾ ਉਦੋਂ ਉਹ ਸਾਹਮਣੇ ਆਪ ਮੈਨੂੰ ਰੋਟੀ ਪਰੌਂਠੇ ਬਣਾ ਕੇ ਬੰਨ ਕੇ ਦੇਣੇ ਨਾਲੇ ਖਿਲਾਉਣੇ। ਬਾਕੀ ਉੱਥੇ ਬੜਾ ਆਪੋ ਵਿੱਚ ਹੀ ਜਦੋਂ ਮਿਲਣਾ ਵਰਤਣਾ ਬੜੇ ਪਿਆਰ ਦੇ ਨਾਲ ਵਰਤਦੇ ਸੀ, ਉਦੋਂ ਮੈਨੂੰ ਉੱਥੋਂ ਟੇਪਾਂ ਵੀ ਭਰ ਦਿੱਤੀਆਂ ਹਰਿਮੰਦਰ ਸਾਹਿਬ ਤੋਂ ਕੀਰਤਨ ਦੀਆਂ, ਪਰ ਇੱਥੇ ਪਹੁੰਚੀਆਂ ਨਹੀਂ। ਉੱਥੇ ਮੇਰਾ ਇੱਥੇ ਆਕਸਫੋਰਡ ਕੋਲ ਆ ਕੇ ਉਹ ਟੈਚੀ ਚੋਰੀ ਹੋ ਗਿਆ। ਬਸ ਜਦੋਂ ਅੰਮ੍ਰਿਤ ਛੱਕ ਲਿਆ ਫਿਰ ਗੱਡੀ ਤੁਰ ਪਈ, ਫਿਰ ਇੱਦਾਂ ਸਤਸੰਗ ਮਿਲਦੀ ਰਹੀ, ਜਿੱਥੇ ਵੀ ਸਤਸੰਗ ਦਾ ਪਤਾ ਲੱਗਾ ਵੀ ਕਿੱਥੇ ਇੱਥੇ ਨਾਮ ਵਿਆਸ ਆਉਂਦਾ, ਉੱਥੇ ਵਾਰ ਰਾਤ ਨੂੰ ਹੀ 12 ਵਜੇ ਤੁਰ ਕੇ 2 ਵਜੇ ਦੀ ਹਾਜ਼ਰੀ ਭਣਦਾ ਹੁੰਦਾ ਸੀ ਵੀ ਕਿਤੇ 2 ਮਿੰਟ ਲੇਟ ਨਾ ਹੋ ਜਾਈਏ। ਕੋਈ ਅੰਮ੍ਰਿਤ ਸੰਚਾਰ ਦੇ ਸੇਵਾ ਦੇ ਵਿੱਚ ਕੋਈ ਕਲਾ ਵਰਤੀ ਹੋਵੇ, ਕੋਈ ਐਕਸਪੀਰੀਅੰਸ ਹੋਵੇ ਉਹਦੇ ਬਾਰੇ ਦੱਸ ਸਕਦੇ? ਵਰਤਦੀਆਂ ਤਾਂ ਬਹੁਤ ਆ, ਹੁਣ ਇੱਥੇ ਦੱਸਣ ਵਾਲੀਆਂ ਨਹੀਂ ਆ ਉਹ, ਹਾਂ ਗੁਰੂ ਦੀ ਸੇਵਾ ਵਰਤਦੀ ਰਹਿੰਦੀ ਆ ਉੱਥੇ, ਹਾਂਜੀ ਕਲਾ ਵਰਤਦੀਆਂ ਰਹਿੰਦੀਆਂ ਉੱਥੇ, ਬਸ ਉਹ ਇੰਨਾ ਹੀ ਬਥੇਰਾ। ਅੰਮ੍ਰਿਤ ਬਗੈਰ ਤਾਂ ਬੰਦਾ ਦੀ ਗਤੀ ਨਹੀਂ ਹੈ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲਾ ਬਣਦਾ, ਗੁਰੂ ਘਰ ਵਿੱਚ ਜਨਮ ਹੁੰਦਾ, ਉਸ ਤੋਂ ਬਾਅਦ ਜਿੰਨਾ ਸਕੂਲ ਵਿੱਚ ਦਾਖਲਾ ਲਈਦਾ ਇੱਦਾਂ ਲੈ ਲਈਦਾ, ਫਿਰ ਕਮਾਈ ਗੁਰੂ ਦੀ ਕਿਰਪਾ ਚਾਹੀਦੀ ਨਾਲ, ਆਪਣੇ ਆਪ ਤਾਂ ਸਵੇਰ ਨੂੰ ਉੱਥੇ ਹੀ ਨਹੀਂ ਹੁੰਦਾ, ਗੁਰੂ ਦੀ ਕਿਰਪਾ ਹੋਵੇ ਤਾਂ ਫਿਰ ਤੁਹਾਨੂੰ ਕੁਲੱਕ ਲਾਉਣ ਦੀ ਵੀ ਲੋੜ ਨਹੀਂ ਹੈ। ਕਈ ਕਹਿੰਦੇ ਕਿ ਨਾਮ ਅਮਰਤਿਆ ਤੇ ਇਸ ਅਮਰਤੀ ਕੀ ਲੋੜ ਹੈ, ਤੁਹਾਡਾ ਕੀ ਵਿਚਾਰ ਹੈ? ਹਾਂਜੀ ਕਈ ਕਹਿੰਦੇ ਵੀ ਨਾਮ ਅਮਰਤਿਆ, ਹਾਂਜੀ ਇਹਦੀ ਅਮਰਤੀ ਕੀ ਲੋੜ ਹੈ, ਤੁਹਾਡਾ ਕੀ ਵਿਚਾਰ ਹੈ? ਨਾਮ ਵੀ ਅਮਰਤ ਹੈ,
ਅਤੇ ਗੁਣ ਵੀ ਅੰਮ੍ਰਿਤ ਆ, ਗੁਰੂ ਦਾ ਉਪਦੇਸ਼ ਵੀ ਅੰਮ੍ਰਿਤ ਆ, ਇਹ ਸਾਰੇ ਇਕੱਠੇ ਕਰਨੇ ਪੈਂਦੇ ਆ। ਅੰਮ੍ਰਿਤ ਵੇਲੇ ਅੰਮ੍ਰਿਤ ਦੀ ਵਿਸ਼ੇਸ਼ਤਾ ਇਹ ਆ, ਇੱਕ ਤਾਂ ਆਪਾਂ ਨੂੰ ਗੁਰੂ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਮ ਮਿਲਿਆ ਵਿਚਾਰ, ਬਾਕੀ ਉਸ ਵੇਲੇ ਵੈਦਰ ਵੀ ਹਵਾ ਸਭ ਕੁਛ ਠੀਕ ਹੁੰਦਾ, ਆਪਣੇ ਆਪ ਹੀ ਨਾਮ ਦੇ ਫੁਆਰੇ ਚੱਲਦੇ ਆ, ਅਤੇ ਜਿਹੜਾ ਹੋਰ ਟੈਲੀਵਿਜ਼ਨ ਰੇਡੀਓ ਇੱਦਾਂ ਦੀਆਂ ਚੀਜ਼ਾਂ ਵੀ ਘੱਟ ਹੁੰਦੀਆਂ, ਅਤੇ ਨਿਆਣੇ ਨਿਊਣੇ ਵੀ ਘਰ ਦੇ ਵਿੱਚ ਘੱਟ ਰਹਿੰਦੇ, ਸਭ ਕੁਛ ਜ਼ਿਆਦਾ ਕੁਆਇਟ ਹੁੰਦਾ, ਅਤੇ ਤੁਹਾਡੀ ਸੁਰਤ ਸੁਰਤੀ ਵਿਅਤੀ ਹੁਣ ਨੂੰ ਜ਼ਿਆਦਾ ਚਾਂਸ ਆ। ਜੇ ਕਿਸੇ ਨੂੰ ਨੀਂਦ ਆਵੇ ਉਸ ਵੇਲੇ ਉਹਦਾ ਕੀ ਇਲਾਜ ਆ? ਉਹ ਉੱਠ ਕੇ ਖੜ੍ਹਾ ਹੋ ਜਾਵੇ ਜਾਂ ਬਾਹਰ ਫਿਰ ਤੁਰ ਲਵੇ, ਮੂੰਹ ਹੱਥ ਧੋ ਲਵੇ। ਅਤੇ ਨਾਮ ਸਿਮਰਨ ਕਰਦੇ ਹਾਂ ਸੁਰਤੀ ਕਿੱਦਾਂ ਜੋੜ ਸਕਦਾ ਬੰਦਾ ਜੇ ਕੋਈ ਨਾ ਜੁੜੇ ਸੁਰਤੀ? ਉਹ ਤਾਂ ਬੇਨਤੀਆਂ ਹੀ ਕਰਨੀਆਂ ਪੈਂਦੀਆਂ ਬਾਬੇ ਨੂੰ, ਬਾਬਾ ਜੀ ਹੁਣ ਕਿਰਪਾ ਕਰੋ। ਕਈ ਕਹਿੰਦੇ ਵੀ ਜਿਹੜੀ ਧੋਨੇ ਆ ਧੁਨ ਵਿੱਚ ਧਿਆਨ ਲਾਉਣਾ, ਉਹ ਕਿਹੜੀ ਧੋਨੇ ਆ? ਵਾਹਿਗੁਰੂ ਦੀ ਜਿਹੜੀ ਆਵਾਜ਼ ਨਿਕਲਦੀ ਆ ਇਹਦੇ ਵਿੱਚ ਆਪਣਾ ਸੁਰਤੀ ਨੂੰ ਜੋੜਨਾ। ਰਸਨਾ ਦੁਆਰਾ ਸਵਾਸਾਂ ਦੁਆਰਾ ਜੇ ਆਪਣੇ ਆਪਣਾ ਰਸਨਾ ਨਾਮ ਜਪਦੇ ਹਾਂ ਜਾਂ ਸਵਾਸਾਂ ਨਾਮ ਜਪਦੇ ਹਾਂ, ਧੁਨ ਤਾਂ ਆਉਂਦੀ ਆ ਨਾ, ਨਿਕਲਦੀ ਆ, ਇਹਨੂੰ ਸੁਣਨਾ। ਜੇ ਤੁਸੀਂ ਵਾਹਿਗੁਰੂ ਮੂੰਹ ਨਾਲ ਉੱਦਾਂ ਹੀ ਕਹੀ ਜਾਂਦੇ ਹਾਂ ਤਾਂ ਸੁਣਦੇ ਨਹੀਂ ਹੈ, ਹੋਰ ਹੀ ਕਾਰ ਕਦੀ ਮਨ ਜਿਹੜਾ ਤੁਹਾਡੇ ਹਜ਼ੂਰੀ ਵਿੱਚ ਨਹੀਂ ਹੈ। ਜੇ ਮਨ ਹਜ਼ੂਰੀ ਵਿੱਚ ਨਹੀਂ ਤਾਂ ਨਾਮ ਸਿਮਰਿਆ ਕਿਸੇ ਕੰਮ ਨਹੀਂ। ਜੇ ਮਨ ਜਾ ਕੇ ਇੰਡੀਆ ਹਰ ਟਰੈਕਟਰੀ ਚਲਾਉਂਦਾ ਜਾਂ ਹੋਰ ਲੜਾਈ ਝਗੜੇ ਖੜ੍ਹੇ ਕਰਦਾ ਤਾਂ ਫਿਰ ਉਹ ਨਾਮ ਉਹ ਟਾਈਮ ਵੇਸਟ ਹੀ ਆ। ਜੁਗਤੀ ਤਾਂ ਇਹੀ ਆ, ਬੇਨਤੀ ਆ ਬਾਬੇ ਕੋਲ, ਅਤੇ ਬਾਕੀ ਵੱਡੀ ਜੁਗਤੀ ਜਿਹੜੀ ਗੁਰੂ ਨੂੰ ਦੱਸੀ ਸਾਧ ਸੰਗਤ ਗੁਰਮੁਖਾਂ ਦੀ, ਧਿਆਨ ਕਿਸੇ ਧਰਨਾ ਕੀ ਕਹਿੰਦੇ ਆ? ਧਿਆਨ ਵਾਹਿਗੁਰੂ ਸ਼ਬਦ ਦਾ, ਧੁਨ ਦਾ, ਹਾਂਜੀ ਵਾਹਿਗੁਰੂ ਸ਼ਬਦ ਦਾ, ਸ਼ਬਦ ਦਾ ਵੀ, ਸ਼ਬਦ ਦਾ ਤਾਂ ਕੀ ਲਿਖ ਕੇ ਰੱਖ ਕੇ ਉੱਦਾਂ ਨਹੀਂ, ਉੱਦਾਂ ਹੀ ਲਿਖ ਕੇ ਹਨੇਰੇ ਕੀ ਕਰੋਗੇ ਤੁਸੀਂ ਲਿਖ ਕੇ? ਜਿਹੜੀ ਆਵਾਜ਼ ਦਾ ਧਿਆਨ, ਹਾਂਜੀ ਹਨੇਰੇ ਤਾਂ ਬੱਤੀਆਂ ਭਜਾਈਆਂ ਹੁੰਦੀਆਂ, ਉਦੋਂ ਸ਼ਬਦ ਉਦੋਂ ਤੁਸੀਂ ਕਿਹੜਾ ਬੁੱਤ ਦੇਖ ਲਵੋਗੇ ਤਾਂ ਕਿਹੜਾ ਕੀ ਦੇਖ ਲਵੋਗੇ, ਉਸ ਵਿੱਚ ਤਾਂ ਤੁਹਾਨੂੰ ਸੁਣੀ ਸੁਣਨੀ ਆ। ਆਪਾਂ ਗੁਰੂ ਦੇ ਕਿੱਦਾਂ ਨੇੜੇ ਹੋ ਸਕਦੇ ਆ? ਗੁਰੂ ਦੇ ਹੁਕਮ 'ਤੇ ਚੱਲੋ, ਗੁਰੂ ਦੇ ਉਪਦੇਸ਼ 'ਤੇ ਚੱਲੋ। ਕਿਸ ਉਪਦੇਸ਼ 'ਤੇ? ਜੋ ਗੁਰੂ ਨੇ ਤੁਹਾਨੂੰ ਗੁਰਬਾਣੀ ਵਿੱਚ ਦਿੱਤਾ, ਜੋ ਤੁਹਾਨੂੰ ਪੰਜਾਂ ਪਿਆਰਾਂ ਨੂੰ ਦਿੱਤਾ, ਉਸ ਉਪਦੇਸ਼ 'ਤੇ ਆਪਣਾ ਜੀਵਨ ਢਾਲੋ। ਗੁਰਬਾਣੀ ਅਸੀਂ ਕਿੱਦਾਂ ਸਮਝ ਸਕਦੇ ਹਾਂ? ਹਾਂਜੀ, ਗੁਰਬਾਣੀ ਦੀ ਡਿਗਾਈ ਅਸੀਂ ਕਿੱਦਾਂ ਸਮਝ ਸਕਦੇ ਹਾਂ? ਗੁਰਬਾਣੀ ਦੀ ਡਿਗਾਈ ਤਾਂ ਉਹ ਆਪੇ ਦੱਸ ਦਿੰਦਾ, ਥੋੜ੍ਹੀ ਜਿਹੀ ਸਾਨੂੰ ਸਮਝ ਆਉਣੀ ਚਾਹੀਦੀ ਹੈ, ਥੋੜ੍ਹਾ ਜਿਹਾ ਪੜ੍ਹਨਾ ਵੀ ਪੈਂਦਾ। ਹਾਂਜੀ ਪੜ੍ਹਨਾ ਚਾਹੀਦਾ, ਪੜ੍ਹੇ ਆਪੇ ਤਾਂ ਫਿਰ ਉਹ ਤੁਹਾਨੂੰ ਬਹੁਤ ਟਾਈਮ ਲਾਉਣਾ ਪਊਗਾ, ਤੁਹਾਨੂੰ ਪੜ੍ਹ ਲਓ ਤਾਂ ਚੰਗੀ ਛੇਤੀ ਕਰ ਬਣ ਜੂਗੀ। ਸੱਚਾ ਸਿੱਖ ਕੌਣ ਹੈ? ਸੱਚਾ ਸਿੱਖ ਉਹ ਹੀ ਆ ਜਿਹੜਾ ਗੁਰੂ ਦੇ ਹੁਕਮ ਉਪਦੇਸ਼ 'ਤੇ ਚੱਲਦਾ। ਜੇ ਨਾ ਸਵਾਲ ਜਵਾਬ ਦਵੇ ਕਰੀ ਜਾਵੇ ਤਾਂ ਮੁੱਢੋ ਕੋ ਸਾਲ ਜਾਏ ਗਾਲੇ ਗਾਲੀ ਬਣ ਜਾਵੇ, ਉਹਦਾ ਮੱਥਾ ਵੀ ਟੇਕੀ ਜਾਵੇ, ਕੰਮ ਵੀ ਆਪਣੇ ਮਨ ਦੀ ਮਰਜ਼ੀ ਤਾਂ ਚੱਲੇ, ਗੁਰੂ ਦੇ ਆਖੇ ਲੱਗੇ ਹੀ ਨਾ, ਉੱਥੇ ਕਿਦਾਂ ਤੁਹਾਡਾ ਤਾਂ ਸਚਾਰ ਸਿੱਖ ਬਣ ਜਾਵੋਗੇ ਤੁਸੀਂ? ਪਛਾਣ ਕੀ ਆ ਫਿਰ? ਬਾਹਰੋਂ ਸਿੱਖ ਲੱਗੂਗਾ, ਬਾਹਰੋਂ ਸਿੱਖ ਤਾਂ ਸਾਰੇ ਦੀਦੇ ਆ, ਚੋਰ ਵੀ ਜਿਹੜੇ ਉਹਨਾਂ ਦੇ ਦਾੜੀ ਕੇਸ ਰੱਖੇ ਉਹ ਵੀ ਸਿੱਖ ਦੇ ਭੇਖੀ ਸਿੱਖ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਮਨੋ ਤਨੋ ਧਨੋ ਕਰਕੇ ਸਿੱਖ ਉਹ ਹੀ ਆ। ਅਤੇ ਜੇ ਕੋਈ ਕਹੇ ਮੈਂ ਰਹਿਤ ਰੱਖੀ ਹੋ ਅਕਾਰ ਪਾਇਓ ਆ ਅੰਮ੍ਰਿਤ ਲਈ ਮੈਂ ਕਰਦਾ ਆ, ਕਿਉਂ ਸੱਚ ਸਿੱਖਿਆ? ਸੱਚਾ ਸਿੱਖ ਨਹੀਂ ਜੇ 100% ਗੁਰੂ ਦੇ ਹੁਕਮਾਂ 'ਤੇ ਚੱਲਣਾ ਪੈਂਦਾ। ਉਹ ਬਾਣੀ ਤੁਸੀਂ ਆਪਾਂ ਜਿਹੜੇ ਹੈਗੇ ਨਾ ਉਹ ਖਰਾਬ ਤਾਂ ਆਉਂਦੀ ਆ, ਆਪਾਂ ਜਿਹੜਾ ਖੰਡ ਪਾਠ ਜਾਂ ਸਹਿਜ ਪਾਠ ਉਹ ਵੀ ਤੁਸੀਂ ਪੈਸੇ ਦੇ ਕੇ ਕਰਦੇ ਹਾਂ, ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ, ਨਾ ਸੁਣਨ ਦੀ ਕਰਦੇ, ਨਾ ਸਮਝਣ ਦੀ ਕਰਦੇ। ਜਿੰਨਾ ਚਿਰ ਤੁਸੀਂ ਬਾਣੀ ਨੂੰ ਪੜ੍ਹਦੇ ਨਹੀਂ, ਸੁਣਦੇ ਨਹੀਂ, ਸਮਝਦੇ ਨਹੀਂ ਤਾਂ ਤੁਸੀਂ ਮਾਇਆ ਤੋਂ ਨਹੀਂ ਬਚ ਸਕਦੇ। ਆਹ ਮਾਇਆ ਪੈਸਿਆਂ ਵਾਲੀ ਨਹੀਂ, ਪੈਸੇ ਸਾਰਾ ਕੁਝ ਦੁੱਖ ਦੀਦਾ ਸਾਰੀ ਮਾਇਆ ਹੀ ਆ, ਹੈ ਪੁੱਤ ਕੁੜੱਤਰ ਵੀ ਇਹ ਵੀ ਮਾਇਆ, ਇਹਦੇ ਵਿੱਚ ਵੀ ਘੁੱਬਣਾ, ਇਹ ਵੀ ਬਾਬੇ ਦੀ ਮਾਇਆ ਮਮਤਾ ਮੋਹਣੀ ਬਿਨ ਦੰਤਾਂ ਜਾਂ ਕਾਇਆ ਵਾਲੀ ਗੱਲ ਆ, ਇਹ ਛੱਡੇ ਨਹੀਂ ਜਾ ਸਕਦੇ। ਜੇ ਆਪਾਂ ਇਹਨਾਂ ਨੂੰ ਛੱਡ ਕੇ ਕਿਤੇ ਜੰਗਲ 'ਚ ਨਹੀਂ ਜਾਣਾ, ਇਹਨਾਂ ਤੋਂ ਲੇਪ ਰਹਿਣਾ ਗੁਰੂ ਦਾ ਉਪਦੇਸ਼ ਸੁਣ ਕੇ। ਇਹ ਆਪਾਂ ਜਿੱਦਾਂ ਕਮਲ ਫੁੱਲ ਪਾਣੀ ਦੇ ਵਿੱਚ ਰਹਿੰਦਾ, ਉਹ ਪਾਣੀ ਤੋਂ ਬਾਹਰ ਥੋੜ੍ਹਾ ਜਿੰਦਾ ਨਹੀਂ ਰਹਿ ਸਕਦਾ,
ਹਰਾ ਭਰਾ ਨਹੀਂ ਰਹਿ ਸਕਦਾ, ਪਾਣੀ ਵਿੱਚ ਰਹਿ ਕੇ ਹੁਣ ਹਰਾ ਰਹਿਣਾ, ਇਸੇ ਤਰ੍ਹਾਂ ਆਪਾਂ ਵੀ ਸੰਸਾਰ ਵਿੱਚ ਟੱਬਰ ਵਿੱਚ ਰਹਿਣਾ, ਪਰ ਰਹਿਣਾ ਤਾਂ ਲੇਪ ਦਾਣਾ, ਜਿੱਦਾਂ ਮੱਛੀ ਆ, ਉਹ ਮੁਰਗਾਈ ਆ, ਪਾਣੀ ਵਿੱਚ ਹੀ ਰਹਿੰਦੀ, ਪਾਣੀ ਵਿੱਚ ਤਾਰੀਆਂ ਲਾਉਂਦੀ ਆ, ਪਰ ਉਹਦੇ ਖੰਭ ਉਹਦੇ ਪਾਣੀ ਵਿੱਚ ਭੱਜਦੇ ਨਹੀਂ। ਇਸੇ ਤਰ੍ਹਾਂ ਆਪਾਂ ਪਰਿਵਾਰ ਦੇ ਵਿੱਚ ਹਾਂ, ਪਰਿਵਾਰ ਵਿੱਚ ਰਹਿਣਾ, ਇਹਨਾਂ ਵਿੱਚ ਹੱਸਣਾ ਖੇਡਣਾ ਵੀ ਆ, ਪਰ ਇਹਨਾਂ ਤੋਂ ਆਪਾਂ ਦੂਰ ਨਹੀਂ ਜਾਣਾ, ਜੋਗੀਆਂ ਵਾਲਾ ਕੰਮ ਨਹੀਂ ਕਰਨੇ ਹੈ। ਉਹਨੂੰ ਬਸ ਅਰਦਾਸਾਂ ਕਰਕੇ ਬਾਬੇ ਕੋ, ਬਾਬਾ ਜੀ ਅਰਦਾਸ ਕਿੱਦਾਂ ਕਰੀਦੀ ਹੈ, ਕਿੰਨੀ ਵਾਰੀ ਕਰੀਦੀ ਹੈ? ਅਰਦਾਸ ਤਾਂ ਇੱਕ ਹੀ ਬਥੇਰੀ ਆ, ਬਾਕੀ ਉਹਦਾ ਸਾਸ ਗਰਾਸ ਆਪਾਂ ਅਰਦਾਸਾਂ ਹੀ ਕਰਨੀਆਂ, ਜਿਹੜੀ ਆਪਾਂ ਨਿਤ ਵੇਲੇ ਅੰਮ੍ਰਿਤ ਵੇਲੇ ਕਰਦੇ ਹਾਂ, ਸ਼ਾਮ ਨੂੰ ਰਹਿ ਉਸ ਵੇਲੇ ਕਰਦੇ ਹਾਂ, ਜਿੱਦਾਂ ਬਾਬਾ ਹਮ ਭੀਖ ਕੀ ਵੀ ਖਾਜੀ ਦੇ ਰਹੇ, ਸਾਰੀ ਗੁਰਬਾਣੀ ਦੇ ਵਿੱਚ ਵੀ ਸਾਨੂੰ ਆਪਾਂ ਨੂੰ ਅਰਦਾਸ ਦੀ ਜਾਂਚ ਦੱਸੀ ਆ, ਹੁਕਮ ਰੂਪ ਵੀ ਆ, ਅਰਦਾਸ ਰੂਪ ਵੀ ਆ। ਗੁਰਬਾਣੀ ਤੁਸੀਂ ਪੜ੍ਹ ਕੇ ਦੇਖੋ ਕਿੰਨੇ ਕਿੰਨੇ ਅਰਦਾਸ ਦੇ ਸ਼ਬਦ ਆ। ਹਾਂਜੀ, ਹੈਦਰ 'ਚ ਤਾਂ ਜਿੱਦਾਂ ਤੁਹਾਨੂੰ ਪੰਜਾਂ ਪਿਆਰਾਂ ਨੂੰ ਪੰਜ ਚੂੜੇ ਦਿੱਤੇ ਉੱਦਾਂ ਟਕਾ ਤਾ, ਤੁਸੀਂ ਹੁਣ ਉਹਦੀ ਸੰਭਾਲ ਕਰਨੀ ਆ। ਹਾਂਜੀ, ਫਿਰ ਉਹ ਤੁਹਾਡੇ ਅੰਦਰ 'ਚ ਟਕਾ ਤਾ, ਕੌਲੀ 'ਚ ਤੁਹਾਡੇ ਹਿਰਦੇ 'ਚ ਰੱਖ ਦਿੱਤਾ ਉਹਨਾਂ ਨੂੰ, ਤੁਹਾਨੂੰ ਨਾਮ ਦੀ ਯਤਨ ਜਪਣ ਦੀ ਯੋਗਤੀ ਦੱਸ ਦਿੱਤੀ ਆ, ਅਤੇ ਹੁਣ ਉਸ ਤੋਂ ਬਾਅਦ ਤੁਸੀਂ ਉਹਦੀ ਸੰਭਾਲ ਕਰਨੀ ਆ, ਬਾਬੇ ਦਾ ਉਪਦੇਸ਼ ਸੁਣ ਕੇ ਕਿਰਾਇਤਾਂ ਤੋਂ ਬਚਣਾ, ਮਾਇਆ ਮਮਤਾ ਦੀ ਮੋਹ ਤੋਂ ਬਚਣਾ, ਹਰੇਕ ਚੀਜ਼ ਗੁਰੂ ਦਾ 100% ਗੁਰੂ ਦੇ ਉਪਦੇਸ਼ 'ਤੇ ਪਹਿਰਾ ਦੇਣਾ। ਜਦੋਂ ਆਪਾਂ ਦੋਨੇ ਕੰਮ ਕਰਦੇ ਹਾਂ, ਉਧਰ ਉਹਦਾ ਗੁਰੂ ਦਾ ਹੁਕਮ ਤਾਂ ਆਪਾਂ ਮੰਨਦੇ ਨਹੀਂ, ਘਰ ਘਰ ਸਿੰਘਣੀ ਦਾ ਜਦੋਂ ਮਰਜ਼ੀ ਕਰਦਾ ਇੱਥੇ ਬੈਠਦਾ ਤਾਂ ਉੱਥੇ ਬੈਠਦਾ, ਇੱਧਰ ਨੂੰ ਜਾ ਤਾਂ ਇਹਨੂੰ ਜਾ, ਆਪਾਂ ਹੁਕਮ ਸਿੰਘਣੀ ਦਾ ਤਾਂ ਮੰਨ ਲਵਾਂਗੇ, ਗੁਰੂ ਦਾ ਨਹੀਂ ਮੰਨਦੇ, ਇਸੇ ਕਰਕੇ ਆਪਾਂ ਸਾਰੇ ਭੁੱਲੇ ਭਟਕਾ ਖਾਂਦੇ ਕਰਦੇ ਫਿਰਦੇ ਹਾਂ। ਸੌਖਾ ਦੱਸੋ, ਜਿਹੜੇ 100% ਗੁਰੂ ਦਾ ਹੁਕਮ ਮੰਨਣਾ, ਉਹ 100% ਜੋ ਪੰਜਾਂ ਪਿਆਰਾਂ ਨੇ 100% ਹੁਕਮ ਮੰਨਿਆ, ਲੈਣੇ ਨੂੰ ਮੰਨਿਆ, ਸਾਰੇ ਗੁਰੂਆਂ ਨੇ ਹੁਕਮ ਮੰਨ ਕੇ ਹੀ ਗੁਰਗੱਦੀ ਮਿਲੀ ਆ, ਉੱਦਾਂ ਨਹੀਂ ਮਿਲੀ। ਜਿੱਦਾਂ ਉਹਨਾਂ 100% ਹੁਕਮ ਮੰਨਿਆ, ਗੁਰੂ ਅਮਰਦਾਸ ਨੂੰ ਮੰਨਿਆ, ਗੁਰੂ ਰਾਮਦਾਸ ਜੀ ਨੇ ਮੰਨਿਆ, ਸਾਰਿਆਂ ਨੂੰ ਹੁਕਮ ਮੰਨ ਕੇ ਹੀ ਪ੍ਰਾਪਤੀ ਹੋਈ ਉਹਨਾਂ ਨੂੰ, ਉੱਦਾਂ ਨਹੀਂ। ਬਾਕੀ ਹੋਰ ਵੀ ਹੋ ਸਕੇ ਉਹਨਾਂ ਨੂੰ ਮਿਲੀ, ਸਾਰੇ ਹੁਕਮ ਆ ਉਹਨਾਂ ਦੇ, ਨਾਮ ਜਪਣ ਦਾ ਵੀ ਹੁਕਮ ਆ, ਬਾਣੀ ਪੜ੍ਹਨ ਦਾ ਵੀ ਹੁਕਮ ਆ, ਮੰਨਣ ਦਾ ਵੀ ਹੁਕਮ ਆ, ਕਿਰਾਇਤਾਂ ਤੋਂ ਤੋਂ ਛੁਟਕਾਰਾ ਪਾਉਣਾ ਗੁਰੂ, ਇਹ ਤਾਂ ਆਪਾਂ ਉਹਦੀ ਕਿਰਪਾ ਹੋਊਗੀ ਤਾਂ ਤਾਹੀਓ ਛੁੱਟ ਸਕਦੇ, ਉੱਦਾਂ ਨਹੀਂ। ਪਰ ਇਹ ਬੜੇ ਬਲੀ ਆ, ਇਹਨਾਂ ਤੋਂ ਆਮ ਛੇਤੀ ਛੇਤੀ ਕਹਿੰਦੇ ਨਹੀਂ, ਝੂਠ ਤਾਂ ਨਹੀਂ ਕਹਿ ਸਕਦੇ ਆਪਾਂ, ਜੇ ਉਹਨੂੰ ਕੋਈ 100 ਉਹਦਾ ਮਨ ਮੰਨਦਾ ਵੀ ਮੈਂ ਜਿੱਤ ਲਾਇਆ, ਪਰ ਫਿਰ ਵੀ ਉਹ ਗੁਰੂ ਦੀ ਕਿਰਪਾ ਫਿਰ ਵੀ ਚਾਹੀਦੀ ਆ, ਨਹੀਂ ਤਾਂ ਗੁਰੂ ਦੀ ਇੱਕ ਸੈਕਿੰਡ 'ਚ ਬੰਦੇ ਨੂੰ ਡਲਾ ਸਕਦਾ ਜਿੰਨਾ ਮਰਜ਼ੀ। ਹਾਂਜੀ, ਹਾਂਜੀ, ਇਹ ਹੋਮੇ 'ਚ ਵੀ ਤੁਸੀਂ ਕਹਿ ਸਕਦੇ, ਪਰ ਗੁਰੂ ਦੀ ਕਿਰਪਾ ਤੋਂ ਬਗੈਰ ਕੋਈ ਗੱਲ ਨਹੀਂ ਹੋਣੀ, ਤੁਸੀਂ ਜਿੰਨਾ ਮਰਜ਼ੀ ਢੋਲ ਵਜਾਈ ਜਾਓ, ਮੈਂ ਆਹ 'ਤੇ ਕਬਜ਼ਾ ਪਾ ਲਿਆ, ਇਹਦੇ 'ਤੇ ਇਹਨੂੰ ਮੈਂ ਕ੍ਰੋਧ ਨੂੰ ਜਿੱਤ ਲਿਆ, ਮੈਂ ਕਾਮ ਨੂੰ ਜਿੱਤ ਲਿਆ, ਪਰ ਜੇ ਗੁਰੂ ਦੀ ਜੇ ਕਿਰਪਾ ਨਹੀਂ, ਤੁਹਾਨੂੰ 1 ਸੈਕਿੰਡ 'ਚ ਡਲਾ ਸਕਦਾ। ਇਹ ਤਾਂ ਰਿਧੀਆਂ ਸਿੱਧੀਆਂ ਜਿਹੀਆਂ ਆ, ਇਹ ਤੁਸੀਂ ਉਹ ਨਾ ਸਮਝੋ ਵੀ ਸਾਨੂੰ ਹੁਣ ਸਭ ਖੀਰੀ ਪੌੜੀ 'ਤੇ ਚੱਲ ਗਏ, ਇਹ ਤਾਂ ਛੱਡੋ ਪਰਾਂ, ਇੱਦਾਂ ਦੀਆਂ ਤਾਂ ਹੁੰਦੀਆਂ ਰਹਿੰਦੀਆਂ ਆ। ਸੰਘ ਖਾਲਸਾ ਜਿਹੜਾ ਰਿਧੀਆਂ ਸਿੱਧੀਆਂ ਨੇ ਢੂਏ ਨਹੀਂ ਟੰਗਦਾ, ਹਾਂਜੀ, ਗੁਰੂ ਤੇਗ ਬਹਾਦਰ ਨੂੰ ਵੀ ਕੀਤੀ ਸਿੱਖਣਾ ਦੀ ਜਹਾਜ਼ ਜੋ ਜਹਾਜ਼ ਡੁੱਬਿਆ, ਹੋਰਾਂ ਨੂੰ ਵੀ ਗੁਰੂਆਂ ਨੂੰ ਇੱਦਾਂ ਜਾ ਕੇ ਕੋਈ ਸੰਗਤ ਕੋਈ ਸਿੰਘ ਕੋਈ ਸੈਕਟਰ ਵਿੱਚ ਖੂਹ 'ਚ ਡਿੱਗ ਪਿਆ ਸੀ, ਉਹ ਲੱਕੜਾ ਲਿਆਉਂਦਾ, ਉਦੋਂ ਵੀ ਹੈਲਪ ਕੀਤੀ, ਉਹਨੂੰ ਕੀਤੀ, ਉਹ ਪਤਾ ਲੱਗ ਗਿਆ, ਹੈਲਪ ਤਾਂ ਕਰਨੀ ਆ, ਪਰ ਹੰਕਾਰ ਨਹੀਂ ਹੋਣਾ ਚਾਹੀਦਾ ਇਹ ਵੀ ਬਸ ਹੁਣ ਮੇਰੇ ਕੋਲ ਸਾਰੀਆਂ ਪ੍ਰਾਪਤੀਆਂ ਆ ਗਈਆਂ। ਹਾਂ, ਇੱਦਾਂ ਦੀਆਂ ਹੋ ਜਾਂਦੀਆਂ, ਹੋ ਜਾਂਦੀਆਂ।
ਕਦੀ ਆਪੇ ਜੋ ਕੰਮ ਕਰਦੇ ਕਰੀ ਚਲੋ ਭਾਈ ਆਪੇ ਪਤਾ ਲੱਗ ਜਾਓ ਜਿਹੜੇ ਅਵਗੁਣ ਆ ਬੰਦੇ ਚ ਹਾਂਜੀ ਉਹਨੂੰ ਕਿੱਦਾਂ ਕੱਢਿਆ ਜਾਵੇ ਉਹਨੂੰ ਬਸ ਇਹ ਨਾਮ ਸਿਮਰੋ ਗੁਰੂ ਦਾ ਉਪਦੇਸ਼ ਮੰਨੋ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ ਸਮਝ ਕੇ ਪੜ੍ਹੋ ਫਿਰ ਉਹ ਜੋ ਪੜ੍ਹਦੇ ਬਾਬੇ ਨੇ ਕਹਿਣਾ ਕੰਮ ਕਰੋ ਲੋ ਮੋਹ ਨਿੰਦਾ ਤੋਂ ਆਪੇ ਕੋਲ ਛਡਾਓ ਇਹਨਾਂ ਨੂੰ ਫਿਰ ਛੱਡਣ ਦੀ ਕੋਸ਼ਿਸ਼ ਕਰੋ ਇਹਨਾਂ ਵੀ ਪੜ੍ਹ ਗੱਡੀ ਲੱਦੀ ਜਾਓ ਤਾਂ ਉਹ ਕੰਮ ਉਹੀ ਕਰੀ ਜਾਓ ਜੋ ਪਹਿਲਾਂ ਕਰਦੇ ਸੀ ਜੋ ਤੁਹਾਨੂੰ ਜਿਹੜੀ ਚੀਜ਼ ਦੀ ਸਮਝ ਪੈ ਗਈ ਆ ਉਹਨੂੰ ਛੱਡੋ ਆਪ ਵੀ ਕੋਸ਼ਿਸ਼ ਕਰਨੀ ਪੈਣੀ ਆ ਉਹਦੀ ਕਿਰਪਾ ਵੀ ਹੋਵੇ ਤਾਂ ਤੁਹਾਨੂੰ ਆਪ ਵੀ ਛੱਡਣਾ ਪੈਣਾ ਇਹ ਵੀ ਉਹੀ ਕਿਰਪਾ ਕਰੂਗਾ ਤਾਂ ਕੇ ਛੱਡੋ ਤੁਸੀਂ ਆਪ ਵੀ ਕੋਸ਼ਿਸ਼ ਕਰੋ ਵਿਆਹ ਕੰਮ ਨਹੀਂ ਕਰਨਾ ਮਿੱਠਾ ਬੋਲਣਾ ਨਿਭ ਚੱਲਣਾ ਦਇਆ ਹੋਣੀ ਚਾਹੀਦੀ ਕਿਸੇ ਮਾੜੇ ਮੋਟੇ ਗਰੀਬ 'ਤੇ ਕਿਸੇ ਗੁਰਪੇ 'ਤੇ ਕਿਸੇ ਇਹ ਚੀਜ਼ਾਂ ਜ਼ਰੂਰੀ ਆ ਗੁਰਸਿੱਖ ਦੇ ਵਿੱਚ ਉਹ ਫਿਰ ਤੈਨੂੰ ਇਕੱਲੇ ਨੂੰ ਦੱਸ ਦੇਵਾਂਗੇ ਫਿਰ ਹੁਣ ਤੂੰ ਹੁਣ ਇੱਥੇ ਹੀ ਪੁੱਛਣਾ ਬਸ ਇੱਦਾਂ ਦੀਆਂ ਵਰਤਦੀਆਂ ਰਹਿੰਦੀਆਂ ਠੀਕ ਆ ਇੱਦਾਂ ਹੋ ਜਾਂਦੀਆਂ ਕੋਈ ਗੱਲਾਂ ਖਾਸ ਹੁਣ ਤੈਨੂੰ ਕਿਹੜੀ ਦੱਸ ਦਈਏ ਖਾਸ ਰੋਜ਼ ਹੀ ਮੰਨਦੇ ਹਾਂ ਰੋਜ਼ ਹੀ ਮੰਨਦੇ ਬਾਬੇ ਦਾ ਪਰ ਨਾਮ ਜਪਦੇ ਹਾਂ ਗਾਣੀ ਪੜ੍ਹਦੇ ਹਾਂ ਉਹਨਾਂ ਦੇ ਖੁਸ਼ੀਆਂ ਖੇੜੇ ਜਿਹੜੇ ਲੱਗੇ ਰਹਿੰਦੇ ਆ ਕੋਈ ਨੱਠ ਭੱਜ ਸਾਰੀਆਂ ਮੁੱਕ ਗਈਆਂ ਜਿੰਨੀਆਂ ਸੀਗੀਆਂ ਚਿੰਤਾ ਫਿਕਰ ਨਹੀਂ ਕੋਈ ਨਹੀਂ ਰਿਟਾਇਰ ਵਾਲੇ ਵੀ ਬਿਲਕਦੇ ਫਿਰਦੇ ਆ ਦਿਹਾੜੀ ਦੀ ਲੰਘਦੀ ਹੋਏ ਕੀ ਕਰੀਏ ਉਹ ਕਰੀਏ ਨਾਮ ਜਪਣਾ ਬਾਣੀ ਪੜ੍ਹਨਾ ਦਿਹਾੜੀ ਜਾਂਦੀ ਨੱਠੀ ਨੰਦ ਤਾਂ ਤੁਸੀਂ ਪਹਿਲਾਂ ਗੱਲ ਕਰ ਦਿੱਤੀ ਸੀਗੀ ਨੰਦ ਇਹ ਤਾਂ ਗੁੰਗੇ ਦੀ ਮਠਿਆਈ ਵਾਲੀ ਗੱਲ ਆ ਇਹ ਦੱਸਣ ਵਾਲੀ ਥੋੜ੍ਹੋ ਕੁਛ ਇਹਦਾ ਤੂੰ ਨਾਮ ਜਪੋ ਤਾਂ ਫਿਰ ਨੰਦ ਵੀ ਦੇਖ ਇਹ ਵੀ ਦੇਖ ਲਿਓ ਸਾਲ ਹੋ ਗਏ ਤੁਸੀਂ ਮੇਰਾ ਇਹ ਗੱਲ ਕੀਤੀ ਸੀਗੀ ਜੀ ਦੁਆਰਾ ਬਣ ਕੇ ਫਿਰ ਨਹੀਂ ਉੱਧਰ ਆਈ ਹਾਂਜੀ ਤੇ ਮੈਂ ਉਸ ਵੇਲੇ ਸੋਚੀ ਪੈ ਗਿਆ ਸੀਗਾ ਆਹੋ ਤੂੰ ਜਿੱਥੇ ਨਵੇਂ ਨਵੇਂ ਹੀ ਆ ਥੋੜਾ ਸਮਾਂ ਲੈ ਲਓ ਆਹ ਜਿੱਥੇ ਜਾਣਾ ਤੂੰ ਇਹੀ ਗੱਲ ਪੁੱਛਦਾ ਮੈਨੂੰ ਤੇ ਤੁਸੀਂ ਉਹ ਗੱਲ ਮੁੜ ਕੇ ਦੁਆਰਾ ਦਵਾਈ ਡਰਾਈ ਦੀ ਬਹੁਤ ਸੱਚੀ ਪੁੱਛਗਾ ਯੰਗ ਬਹੁਤ ਸੀ ਉਹਦਾ ਉਹ ਦੁਆਰੇ ਹਾਲੇ ਸੀਗੇ ਤਾਂ ਹਾਲੇ ਕਹਿ ਲਓ ਸ਼ੁਰੂ ਆ ਵਿੱਚ ਸੀਗਾ ਸ਼ੁਰੂ ਸੀ ਸਟੂਡੈਂਟ ਸੀ ਬਚਪਨ ਸਟੂਡੈਂਟ ਤਾਂ ਤੇ ਇਹ ਸਟੂਡੈਂਟਾਂ ਦੇ ਵਿੱਚ ਵੀ ਬਾਬਾ ਕੋਈ ਕੋਈ ਕਦੇ ਝਲਕ ਦੇ ਹੀ ਦਿੰਦਾ ਰਾਵਣ ਸਿੰਘ ਦੇ ਜੀਵਨ ਬਾਰੇ ਤਾਂ ਸੁਣਿਆ ਹੈਗਾ ਪਰ ਸਾਡੇ ਨਾਲ ਵੀ ਉਹਦੀ ਸੰਗਤ ਕਾਫੀ ਰਹੀ ਆ ਅਸੀਂ ਵੀ ਉਹਦੇ ਨਾਲ ਵੀ 25-30 ਸਾਲ ਉਹਦੇ ਨਾਲ ਵਿਚਰਦੇ ਰਹੇ ਹਾਂ ਉਦੋਂ ਪਹਿਲਾਂ ਜਦੋਂ ਅਸੀਂ ਹਾਲੇ ਸਿੰਘ ਸਜੇ ਨਹੀਂ ਸੀ ਉਦੋਂ ਪਹਿਲਾਂ ਉਦੋਂ ਗਰੇਵ ਏਜੰਟ ਕਹਿੰਦੇ ਸੀ ਵੀ ਉਹ 24 ਘੰਟੇ ਹੀ ਉੱਥੇ ਨਾ ਅਭਿਆਸ ਹੁੰਦਾ ਰਹਿੰਦਾ ਸਾਰੀ ਰਾਤ ਦਿਨੇ ਵੀ ਸਾਰੀ ਕੰਮ 'ਤੇ ਵੀ ਉੱਦਾਂ ਹੀ ਇੱਦਾਂ ਤੁਰਦੇ ਸੀ ਕਹਿੰਦੇ ਜਦੋਂ ਸ਼ਰਾਬੀ ਹੋ ਜਾਂਦੇ ਆ ਆਹੋ ਕਿਉਂ ਨਹੀਂ ਹੁੰਦਾ ਤੁਸੀਂ ਉਸ ਆਪਣੇ ਨਾਲ ਵਿਚਰਦਾ ਰਿਹਾ ਵੀ 25-25 ਸਾਲ ਆਪਾਂ ਸੰਗਤ ਕਰਦੇ ਨੇ ਫਿਰ ਮੈਂ ਉਹਦੇ ਕੋਲ ਜਾਂਦਾ ਰਿਹਾ ਇੱਥੋਂ ਮੈਂ ਤਾਂ ਜਨਰੈਸ ਹੋ ਉਹ ਕੋਈ ਨਾਮ ਵਿਆਸ ਲਈ 100 ਸਾਲ ਆਹੋ ਹੁਣ 12 ਵਜੇ ਇੱਥੋਂ ਜਾਣਾ 2 ਵਜੇ ਤੇ ਉੱਥੇ ਪਹੁੰਚ ਜਾਈਦਾ ਸੀ ਉੱਥੇ ਮੋਟਰਵੇ ਨਹੀਂ ਸੀ ਬਣੀ ਇਹ ਤਾਂ ਬੈਂਬਰੀ ਹਲਦੀ ਆਕਸਫੋਰਡ ਵਿੱਚ ਟਾਊਨ ਵਿੱਚ ਦੀ ਛੋਟੀ ਰੋਡ 'ਤੇ ਜਾਣ ਜਾਈਦਾ ਸੀ ਫਿਰ ਉੱਥੇ 4 ਵਜੇ ਆਉਣਾ ਤੱਕ ਆ ਕੇ ਕੰਮ 'ਤੇ ਵੀ ਜਾਣਾ ਵਾਪਰੀ ਜੋ ਤੁਸੀਂ ਕੋਈ ਕਰੋਗੇ ਤਾਂ ਕੋਈ ਵਾਪਰੀ ਵੀ ਵਾਪਰਦੀ ਵੀ ਹੈਗੀ ਆ ਜ਼ਿਆਦਾ ਨਹੀਂ ਹੈ ਬਾਬਾ ਕਿਸੇ ਗੱਲ ਸੁਣਦਾ ਨਹੀਂ ਬਾਬਾ ਤਾਂ ਕੀੜੀ ਦੀ ਵੀ ਸੁਣਦਾ ਸੰਗਤ ਵਿੱਚ ਇਹ ਹੀ ਆ ਬਸ ਤੁਸੀਂ ਜਦੋਂ ਨਾਮ ਸਿਮਰਦੇ ਹਾਂ ਤਾਂ ਹਾਂਜੀ ਕਲਾ ਹੁਣ ਕਿ ਤੁਹਾਨੂੰ ਕਿਹੜੀ ਜਿਹੜੀ ਖਾਲ ਦਈਏ ਬਈ ਇੱਦਾਂ ਹੋ ਗਿਆ ਸੀਗਾ ਜਹਾਜ਼ ਮੁੱਦਾ ਹੋ ਗਿਆ ਜਾਂ ਸਿੱਧਾ ਹੋ ਗਿਆ ਸੀ ਲੋਟ ਪੋਟ ਤਾਂ ਹੁੰਦਾ ਹੀ ਆ ਮਨਸਾਦ ਵਿੱਚ ਕਈ ਜਿਹਨਾਂ ਦਾ ਆਪਣਾ ਪਿਛਲਾ ਕੁਝ ਕਰਮ ਚੰਗੇ ਆ
ਦਿਓ ਚੂੜਾ ਤਾਂ ਲੋਟ ਪੁੱਟ ਹੁੰਦੇ ਹੀ ਆ, ਇੱਕ ਦੋ ਤਾਂ ਹੋ ਹੀ ਜਾਂਦੇ ਪ੍ਰੋਗਰਾਮ ਦੇ ਵਿੱਚ। ਜਿਹੜੇ ਜਿਹੜੇ ਗੁਰਸਿੱਖਾਂ ਤੁਹਾਡਾ ਪਿਆਰ ਆ ਕਹਿ ਲਓ, ਉਹਨਾਂ ਦੇ ਜੀਵਨ ਰੋਹਿਤ ਬਾਰੇ ਕੋਈ ਦੱਸ ਸਕਦੇ ਜਿਹਨਾਂ ਦੀ ਚੰਗੀ ਗੁਰੂ ਦੇ ਨਾਲ ਹੈਗੀ ਆ ਲਿਵ ਲੱਗੀ? ਉਹਨਾਂ ਬਾਰੇ ਪਹਿਲਾਂ ਤਾਂ ਜਗਿੰਦਰ ਸੋਹਣੀਆਂ ਤੇਰਾ ਭਰਾ ਆ ਅੰਗਾਰ ਸੋਂ, ਇਹ ਹੀ ਮੇਰੇ ਜ਼ਿਆਦਾ ਫਰੈਂਡ ਆ। ਤੀਜਾ ਰਾਮ ਸੋਹ ਸੀਗਾ, ਰਾਮ ਸਿੰਘ ਜਥੇਦਾਰ, ਰਾਮਾ ਸਿੰਘ ਕੀ ਉਹਨੂੰ ਕਹਿੰਦੇ, ਰਾਮਾ ਸਿੰਘ, ਇਹ ਜਨਾਰ ਸੋਹ ਆ, ਮੇਰੇ ਤਾਂ ਇਹੀ ਫਰੈਂਡ ਆ, ਇਹਦਾ ਨਾ ਸਾਰੀ ਉਮਰ ਲੰਘ ਗਈ ਆ। ਸਿਰਫ ਨਾਮ ਸਿਮਰ ਕਰਕੇ ਹਾਂਜੀ, ਜਦੋਂ ਆਪਾਂ ਅੰਮ੍ਰਿਤ ਛਕਿਆ ਸੀ ਉਸ ਵੇਲੇ ਤਾਂ ਰੋਜ਼ ਖਾੜੇ ਲੱਗਦੇ ਸੀ ਨਾ, ਹਾਂ ਉਸ ਵੇਲੇ ਤਾਂ ਸਾਡੇ 'ਤੇ ਬੜਾ ਦਰਦ ਬਹੁਤ ਅਸਰ ਹੋਇਆ ਉਸ ਵੇਲੇ। ਇਹ ਹੈਗਾ ਨਾ, ਅਸੀਂ ਉਦੋਂ ਭੁਪਿੰਦਰ ਸਿੰਘ ਦੇ ਘਰ ਕਮੰਟਰੀ ਅੰਮ੍ਰਿਤਸਰ ਅੰਮ੍ਰਿਤ ਵੇਲਾ ਕਰਦੇ ਹੁੰਦੇ ਸੀ ਅਸੀਂ, ਪਹਿਲਾਂ ਸਾਡੇ ਘਰ ਹੁੰਦਾ ਸੀ, ਫਿਰ ਸਾਡਾ ਇੱਕ ਪਾਸੇ ਨਿਕਲ ਜਾਂਦਾ ਕਮੰਟਰੀ ਸੈਂਟਰ ਮੰਨ ਲਿਆ ਸੀ, ਵਿੱਚ ਲੈਸਟਰ ਵਾਲਿਆਂ ਨੂੰ ਵੀ ਲੱਗ ਗਿਆ, ਬਰਮਿੰਗਮ ਵਾਲਿਆਂ ਨੂੰ ਲੱਗ ਗਿਆ, ਸਾਨੂੰ ਵੀ ਲੱਗ ਗਿਆ, ਉੱਥੇ ਸਾਰੇ ਸਿੰਘ ਇਕੱਠੇ ਹੋ ਜਾਂਦੇ ਸੀ, ਅਤੇ ਰਜਿੰਦਰ ਸਿੰਘ ਵੀ ਤੇਰਾ ਸਹੁਰਾ, ਹੋਰ ਸਾਰੇ ਲੈਸਟਰ ਤੋਂ ਵੀ ਸਾਰੇ ਸਾਰੀ ਸੰਗਤ, ਕੁਆਂਟਰੀ ਦੀ ਸੰਗਤ, ਵੱਡਾ ਹਾਲ ਉਸ 'ਚ 30-40 ਬੰਦੇ ਬਹਿ ਜਾਂਦੇ ਸੀ, ਬਹਿ ਜਾਂਦੇ ਸੀ। ਇਹ ਉਸ ਵੇਲੇ ਸੁਖਮਨੀ ਸਾਹਿਬ ਕਰਦਾ ਹੁੰਦਾ ਸੀ ਨਾਮ ਵਿਆਸ ਦੇ ਨਾਲ, ਆਹ ਅਤੇ ਬੜੇ ਸੁਖਮਨੀ ਸਾਹਿਬ ਦੇ ਨਾਲ ਸਾਨੂੰ ਉਸ ਵੇਲੇ ਦਾ ਜਿਹੜਾ ਹੈਗਾ ਨਾ, ਉਸ ਵੇਲੇ ਜਿਹੜਾ ਰਸ ਆਉਂਦਾ ਸੀ ਉਹ ਹੁਣ ਕਦੀ ਕਦੀ ਆਉਂਦਾ, ਉਹ ਕਦੀ ਆਇਆ ਨਹੀਂ ਉਨਾ ਜਿੰਨਾ ਉਸ ਵੇਲੇ ਆਉਂਦਾ ਸੀ। ਅੱਛਾ, ਅੰਮ੍ਰਿਤ ਵੇਲੇ ਜਿਹੜੀ ਹੈਗੀ ਆ ਸੰਭਾਲ ਬੜੀ ਸੀ, ਜੋ ਜਗ ਸੀ ਉਹਦੇ ਅਤੇ ਹੁਣ ਦਾ ਕੀ ਫਰਕ ਆ? ਹੁਣ ਤੁਹਾਡੇ ਅੰਮ੍ਰਿਤ ਸੰਭਾਲ ਆ ਅਤੇ ਜਿਹੜੀ ਪਹਿਲਾਂ ਸੀਗੀ ਜਦੋਂ ਜਗ ਸੀਗੇ, ਕੋਈ ਹੈ ਫਰਕ, ਕੋਈ ਉਹੀ ਚੱਲਦਾ ਕੰਮ? ਨਹੀਂ ਉਦੋਂ ਕੁਛ ਜ਼ਿਆਦਾ ਸੀ, ਹੁਣ ਤਾਂ ਸਹਿ ਸਫਾਈ ਉਨਾ ਹੋ ਗਿਆ ਨਾ, ਉਦੋਂ ਬਹੁਤ ਚਾਅ ਸੀ ਅਤੇ ਬੜਾ ਰਸ ਆਉਂਦਾ ਸੀ ਬੜਾ, ਉਦੋਂ ਜਦੋਂ ਪਹਿਲਾਂ ਤਾਂ ਸੁਖਮਨੀ ਸਾਹਿਬ ਸੁਖਮਨਾ ਸਾਹਿਬ ਅਤੇ ਜਦੋਂ ਪਾਠ ਆਉਂਦਾ ਸੀ ਨਾਲ ਨਾਮ ਵਿਆਸ ਦੇ ਵਿੱਚ ਹੈਗਾ ਨਾ, ਇਹਦਾ ਕਹਿਣਾ ਉਦੋਂ ਉੜਨੂ ਜੀ ਕਰਨਾ, ਇੰਨਾ ਰਸ ਆਉਂਦਾ ਸੀ ਵੀ ਜਦ 2 ਵਜੇ ਜਦੋਂ ਫਤਿਹ ਬੁਲਾਉਣੀ, 4 ਵਜੇ ਨਾਮ ਨਿਤਨੇਮ ਲਈ ਤਾਂ ਕਹਿਣਾ ਹੁਣ ਤਾਂ ਰਸ ਆਉਣ ਲੱਗਾ ਤਾਂ ਤੁਸੀਂ ਜਗਾਰਾ ਛੱਡ ਦਿੱਤਾ, ਉਹ ਅੱਧਾ ਘੰਟਾ ਹੋਰ ਲਾ ਲਓ। ਜਿਹੜੇ ਰੰਗਲੇ ਸੱਜਣਾਂ ਦੇ ਨਾਲ ਤੁਹਾਡਾ ਸੰਬੰਧ ਰਿਹਾ ਉਹਨਾਂ ਦੀ ਯਾਦ ਕੋਈ ਦੱਸ ਦਿਓ ਮੇਰੇ ਤੋਂ ਇਲਾਵਾ? ਬਸ ਉਹਨਾਂ ਦੀ ਯਾਦ ਇਹ ਹੀ ਆ ਵੀ ਉਹਨਾਂ ਨੂੰ ਜਦੋਂ ਮਿਲਦਾ ਤਾਂ ਮਨ ਖੜ ਜਾਂਦਾ। ਉਹਨਾਂ ਜੀਵਨ ਕਿਹੋ ਜਿਹਾ ਸੀਗਾ ਜਿਹਨਾਂ ਜਿਹਨਾਂ ਕਰਕੇ ਉਹਨਾਂ ਦੀ ਗੁਰੂ ਦੀ ਕਿਰਪਾ ਹੋ ਗਈ ਉਹਨਾਂ 'ਤੇ? ਉਹਨਾਂ ਦਾ ਵੀ ਇਹ ਹੀ ਸੀਗਾ ਉਹਨਾਂ ਦਾ ਜੀਵਨ, ਜਿੱਦਾਂ ਦਾ ਮੈਂ ਤੁਹਾਨੂੰ ਦੱਸਿਆ ਵੀ ਅੰਮ੍ਰਿਤ ਵੇਲੇ ਦਾ ਉਹ ਅੰਮ੍ਰਿਤ ਵੇਲੇ ਤੋਂ ਖੁੰਝਦੇ ਨਹੀਂ, ਗੁਰੂ ਦੇ ਉਪਦੇਸ਼ ਨੂੰ ਆਪਣਾ ਤਨ ਮਨ ਧਨ ਕਰਕੇ ਸਮਝਦੇ ਆ ਇਹ, ਅਤੇ ਵਿਕਾਰਾਂ 'ਤੇ ਉਹਨਾਂ ਦਾ ਸਾਡੇ ਦੇਖਣ ਦੇ ਵਿੱਚ ਕੰਟਰੋਲ ਹੈ, ਬਾਕੀ ਤਾਂ ਉਹਨਾਂ ਨੂੰ ਪਤਾ ਹੋਊਗਾ। ਤੁਸੀਂ ਕਿਸ ਤਰ੍ਹਾਂ ਸੰਗਤ ਵਿੱਚ ਆਏ? ਅਸੀਂ ਸੰਗਤ ਦੇ ਵਿੱਚ ਸਾਨੂੰ ਗੁਰੂ ਜਦੋਂ ਅੰਮ੍ਰਿਤ ਛਕਿਆ ਗੁਰੂ ਨੇ ਉਪਦੇਸ਼ ਕਰ ਦਿੱਤਾ ਵੀ ਤੁਸੀਂ ਸੰਗਤ ਜ਼ਰੂਰ ਕਰਨੀ ਆ, ਅਤੇ ਫਿਰ ਸਾਡੀ ਭਾਲ ਹੋ ਗਈ ਨਾਮ ਵਿਆਸੀਆਂ ਦੀ ਸੰਗਤ ਲੱਭਣ ਨੂੰ, ਫਿਰ ਸਾਨੂੰ ਪਤਾ ਲੱਗਾ ਵੀ ਲੈਸਟਰ ਬਹੁਤ ਕੰਮ ਖੰਡਾ ਖੜਕਦਾ, ਫਿਰ ਅਸੀਂ ਉੱਥੇ ਜਾਣ ਲੱਗ ਪਏ, ਉੱਥੋਂ ਜਦੋਂ ਫਿਰ ਢਿੱਲਾ ਪੈ ਗਿਆ ਕੰਮ, ਫਿਰ ਅਸੀਂ ਰਾਮਾ ਸਾਹਿਬ ਕੋਲ ਜਾਣ ਲੱਗ ਪਏ ਸੌ ਸਾਲ, ਉੱਥੇ ਵੀ ਕਾਫੀ ਚਿਰ ਜਾਂਦੇ ਰਹੇ, ਫਿਰ ਇਸ ਤਰ੍ਹਾਂ ਫਿਰ ਹੌਲੀ ਹੌਲੀ ਰੰਗ ਲੱਗਦੇ ਗਏ ਤਾਂ ਵੱਧ ਆ ਗਿਆ ਕੰਮ। ਤੁਸੀਂ ਹੁਣੇ ਕਹਿ ਕੇ ਹਟੇ ਆ ਜਿਹੜਾ ਉਹ ਉਸ ਵੇਲੇ ਆਨੰਦ ਸੀ ਹੁਣ ਕਿਤੇ ਕਿਤੇ ਆਉਂਦਾ, ਪਰ ਭਾਈ ਸਾਹਿਬ ਕਹਿੰਦੇ ਕਿ ਇਹ ਰੰਗ ਵੱਧ ਆਇਆ ਘੱਟਦਾ ਨਹੀਂ ਆ। ਇਹ ਰੰਗ ਜਦੋਂ ਤੁਸੀਂ ਸੰਗਤ ਜਿਹੜੀ ਪ੍ਰੇਮ ਵਾਲੀ ਜਦੋਂ ਇਕੱਠੀ ਹੋਵੇ ਨਾ, ਉਦੋਂ ਵੱਧ ਉਦੋਂ ਰੰਗ ਆਉਂਦਾ ਹੈ, ਜਦੋਂ ਸੰਗ ਵਿਤਾਲਾ ਜਿਹਾ ਕੰਮ ਚੱਲਿਆ ਹੈਗਾ ਨਾ, ਕੋਈ ਗੁਰੂ ਉੱਧਰ ਕਵੇ ਇੱਕ ਜਣਾ ਵਾਹਿਗੁਰੂ, ਇੱਕ ਜਣਾ ਗੁਰੂ ਕਵੇ, ਬੇਤਾਲਾ ਜਿਹਾ ਕੰਮ ਹੋਵੇ, ਜਿੱਦਾਂ ਉਹ ਕੀਰਤਨ ਕਰਦੇ ਮਤਲਬ ਮਤਲਬ ਤਬਲੇ ਵਾਲਾ ਨਾਲ ਰਲੇ ਨਾ ਤਾਂ ਵਾਜੇ ਕੀਰਤਨ ਵਾਲਾ ਕਹਿ ਦਿੰਦਾ ਉੱਠ ਕੇ ਭੱਜ ਜਾ ਇੱਥੋਂ, ਇਸੇ ਤਰ੍ਹਾਂ ਵੀ ਜਿਹੜਾ ਰਸ ਜਿਹੜਾ ਤਾਲਮੇਲ ਇਕੱਠਾ ਰਲਦਾ ਹੋਵੇ ਤਾਂ ਫਿਰ ਹੀ ਗੱਲ ਬਣਦੀ ਆ, ਉੱਦਾਂ ਨਹੀਂ ਆਪਣੇ ਜਿਹੜੇ ਸੰਯੋਗੀ ਆ ਆਪਣੇ ਸਾਥੀਆਂ ਦਾ ਵੀ ਨਾਲ ਮੇਲ ਜੋਲ ਹੋ ਰਹੇ ਸਾਰੇ ਬੈਠੇ ਹੋਏ,
ਵੀ ਮੇਰੇ ਨਾਲ ਦੇ ਸਾਰੇ ਸਾਥੀ ਬੈਠੇ ਆ, ਅੱਜ ਗੱਲ ਬਣੂਗੀ ਤਾਂ ਫਿਰ ਬਣਦੀ ਵੀ ਆ। ਸੰਗਤੀ ਅਭਿਆਸ ਅਤੇ ਇਕੱਲੇ ਦੇ ਅਭਿਆਸ ਵਿੱਚ ਕੀ ਫਰਕ ਹੈ, ਜੋ ਘਰ ਬੈਠੇ ਵੀ ਅਭਿਆਸ ਕਰ ਸਕਦੇ ਆ? ਹਾਂਜੀ, ਸੰਗਤ ਦੇ ਵਿੱਚ ਤੁਸੀਂ ਦਲਿੱਦਰੀ ਨਹੀਂ ਹੋ ਸਕਦੇ, ਉੱਠਣਾ ਹੀ ਉੱਠਣਾ। ਅਤੇ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤਾਂ ਇਕੱਲਾ ਤੁਹਾਨੂੰ ਰਜਾਈ ਤੁਹਾਡੀ ਸੰਗਤ ਬਣ ਜਾਂਦੀ ਹੈ, ਉਹ ਛੱਡਦੀ ਨਹੀਂ, ਤੁਹਾਨੂੰ ਨਿਕਲ ਹੀ ਨਹੀਂ ਦਿੰਦੀ ਬੜੇ ਤੁਹਾਨੂੰ। ਹੋਰ 5 ਮਿੰਟ ਲੈ ਲਾ, ਹੋਰ 5 ਮਿੰਟ ਲੈ ਲਾ, ਜਾਤੇ ਛੇ ਵੱਜ ਜਾਂਦੇ। ਇਹਦੇ ਇਲਾਵਾ ਕੋਈ ਹੈ ਹੋਰ ਕੋਈ? ਉਹਦੇ ਵਿੱਚ ਤਾਂ ਮੈਨੂੰ ਤਾਂ ਹੁਣ ਤਾਂ ਮੈਨੂੰ ਇਕੱਲੇ ਨੂੰ ਵੀ ਆ ਜਾਂਦਾ, ਇਕੱਲਾ ਵੀ ਮੈਂ ਸੰਗਤ ਵਿੱਚ ਹੁਣ ਬਾਹਲਾ ਨੱਠ ਭੱਜ ਨਹੀਂ ਕਰਦਾ ਵੀ ਮੈਂ ਸੰਗਤ 'ਤੇ ਹੀ ਜਾਣਾ। ਹੁਣ ਮੈਂ ਆਪਣੇ ਘਰ ਰੰਗ ਲੱਗ ਹੋ ਰਹੇ ਰਹਿ ਗੱਲ ਬੜੀ ਆ। ਕੁਛ ਨਹੀਂ ਕਰਦਾ ਮੈਂ, ਕਦੀ ਕਲੋਕ ਵੀ ਨਹੀਂ ਲਾਇਆ ਆਪਣੇ ਟਾਈਮ ਦੇ ਪੂਰੇ। ਕਲੋਕ ਲਾ ਕੇ ਤਾਂ ਲੇਟ ਹੋ ਸਕਦਾ 5 ਮਿੰਟ, ਪਰ ਬਗੈਰ ਕਲੋਕ ਤੋਂ ਨਹੀਂ ਲੇਟ ਹੁੰਦਾ। ਬਸ ਜਦੋਂ ਡੇਟ ਬਦਲ ਜਾਂਦੀ ਆ, ਜਦੋਂ ਡੇਟ ਬਦਲ ਜਾਂਦੀ ਆ, ਡੇਟ ਬਦਲ ਜਾਂਦੀ ਆ 12 ਤੋਂ ਬਾਅਦ। ਤੁਸੀਂ ਕੀ ਕਹੋਗੇ? ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਉਹ ਗੁਰੂ ਦਾ ਉਪਦੇਸ਼ ਨਹੀਂ ਕਮਾਉਂਦਾ, ਆਪਣੇ ਆਪ ਨੂੰ ਸਿੱਖ ਤਾਂ ਜ਼ਰੂਰ ਕਹਾਉਂਦਾ, ਨਿੰਦਾ ਨੁੰਦਾ ਤਾਂ ਪੰਜਾਂ ਸਿੰਘਾਂ ਦਾ ਤਾਂ ਖਾ ਲੈਂਦਾ, ਪਰ ਉਹ ਗੁਰੂ ਦਾ ਉਪਦੇਸ਼ ਨਹੀਂ ਕਮਾਉਂਦਾ। ਜਦੋਂ ਪੰਜਾਂ ਸਿੰਘਾਂ ਦਾ ਕਹਿੰਦੇ ਜੀ ਅਸੀਂ ਪੰਜਾਂ ਸਿੰਘਾਂ ਨੂੰ ਰੋਟੀ ਖਵਾਉਣੀ, ਉੱਥੇ ਤਾਂ ਖਾਣ ਨੂੰ ਚੱਲ ਜਾਂਦਾ ਵੀ ਮੈਂ ਵੀ ਸਿੰਘ ਹੈਗਾ, ਪਰ ਸਿੰਘਾਂ ਵਾਲੇ ਕਰਮ ਹੈ ਨਹੀਂ ਉਹਦੇ। ਹਾਂਜੀ, ਉਹ ਤਾਂ ਫਿਰ ਨਸ਼ ਹੋ ਜਾਂਦਾ ਉਸ ਵੇਲੇ। ਹਾਂਜੀ, 6 ਵਜੇ ਅਸੀਂ ਫਿਰ ਸਮਾਪਤੀ ਕਰਦੇ ਜੀ। ਨਹੀਂ ਹੁਣ ਤਾਂ ਮੈਂ ਕਹਿ ਦੂੰਗਾ ਠੀਕ ਹੀ ਆ, ਪਰ ਅੱਗੇ ਤਾਂ ਮੈਂ ਅਸੀਂ ਉਹਨੂੰ ਘਰ ਨਹੀਂ ਸੀ ਬਣ ਦਿੰਦੇ ਹੁੰਦੇ, 4 ਵਜੇ ਆਵੇ ਡੋਰ ਕਰੇ ਆ ਨਾ ਕਰੀ, ਅਸੀਂ ਉੱਥੇ ਨਾ ਵਿਆਹ ਕਰਦੇ ਸੀ ਕਿ ਪਹਿਲੇ ਘਰ ਕੈਂਪ ਕਲੋਜ, ਉਹ ਅਵਤਾਰ ਸੋਂ ਜਿਹੜਾ ਭਵਰਾ ਉਹ ਆਇਆ 4 ਵਜੇ, ਅਸੀਂ ਕਿਹਾ ਜਾਂਦਾ ਤੇ ਨਾਮ ਘਰ ਜਾ ਕੇ ਕਰ ਲਾ, ਹੁਣ ਟਾਈਮ ਹੈ ਨਹੀਂ ਤੇਰਾ, ਅਸੀਂ ਉੱਥੇ ਡੋਰ 'ਤੇ ਮੋੜ ਦਿੱਤਾ। ਉਸ ਵੇਲੇ ਤੈਨੂੰ ਪਤਾ ਜੀਵਨ ਰੋਜ਼ ਦੀ ਰੋਜ਼ ਬਦਲਦਾ, ਗੁਰਸਿੱਖਿਆ ਜਿਹੜੀ ਗੁਰੂ ਦਾ ਉਪਦੇਸ਼ ਆ, ਆਪਾਂ ਉਦੋਂ ਬਾਅਦ ਹੀ ਤੁਸੀਂ ਮੈਨੂੰ ਉਹ ਸੈਂਚੀਆਂ ਦਿੱਤੀਆਂ, ਅਤੇ ਗੁਰੂ ਦੀ ਸੈਂਚੀਆਂ ਉਹ ਪੜ੍ਹ ਕੇ ਵੀ ਬਹੁਤ ਗਿਆਨ ਪ੍ਰਾਪਤ ਹੋਇਆ। ਉਹ ਕਹਿੰਦੇ ਹੋਣਗੇ ਪਰ ਮੈਂ ਨਹੀਂ ਕਹਿੰਦਾ, ਮੈਂ ਕਹਿਣਾ ਜ਼ਰੂਰ ਪੜ੍ਹਨੀ ਚਾਹੀਦੀ। ਨਹੀਂ ਉਹ ਫਿਰ ਉਹ ਤਾਂ ਫਿਰ ਪਤਾ ਨਹੀਂ ਇਸ ਜਮ 'ਚ ਸਮਝ ਆਵੇ ਕਿ ਨਾ ਆਵੇ, ਬਹੁਤ ਘੁੰਡੀਆਂ ਵਿੱਚ ਆ ਜਿਹੜੀਆਂ ਨਹੀਂ ਸਮਝ ਲੱਗਦੀਆਂ। ਨਹੀਂ ਗੁਰਬਾਣੀ ਪੜ੍ਹਨੀ ਪਊਗੀ, ਸਰੀਕ ਪੜ੍ਹਨਾ ਪਊਗਾ, ਪਰ ਇੱਕ ਦੇ ਨਹੀਂ, ਕਈਆਂ ਦੇ ਸਾਰੇ ਸਰੀਕਾਂ ਦਾ ਆਪਣਾ ਆਪਣਾ ਖਿਆਲ ਆ, ਆਪਣੇ ਆਪਣੇ ਬਾਜ਼ਾਰ। ਦੁਬਧਾ ਨਹੀਂ ਪੈਂਦੀ ਜੇ ਤੁਹਾਨੂੰ ਆਪ ਨੂੰ ਸੋਝੀ ਹੋਵੇ, ਜਿਹੜੀ ਗੁਰਬਾਣੀ ਦੇ ਨਾਲ ਰਲਦੀ ਗੱਲ ਆ, ਜੋ ਤੁਹਾਨੂੰ ਆਪਣਾ ਮਨ ਮੰਨਦਾ ਉਹ ਗੱਲ ਮੰਨ ਲਓ। ਉਹ 5 ਵਾਰੇ ਦੱਸ ਹੀ ਦਿੰਦੇ ਆ ਵੀ ਜਿਹੜਾ ਤੁਸੀਂ ਆ ਪਰਾਈ ਇਸਤਰੀ ਨੂੰ ਛੋਟੀਆਂ ਨੂੰ ਬੱਚੀਆਂ ਬਰਾਬਰ ਦੀਆਂ ਨੂੰ ਭੈਣਾਂ ਵੱਡੀਆਂ ਨੂੰ ਮਾਵਾਂ ਦੇ ਸਮਾਨ ਸਮਝਣਾ, ਪਰ ਉਹ ਸਮਝਦੇ ਨਹੀਂ ਹੈ, ਉਹ ਉਹੀ ਵਿਕਾਰ ਕਰੀ ਜਾਂਦੇ ਜੋ ਪਹਿਲਾਂ ਨਗੁਰੇ ਸੀ, ਉਹੀ ਉਹਨਾਂ ਦੀਆਂ ਹੁਣ ਕਰਤੂਤਾਂ ਆ। ਫਰ ਜਨ ਉਹ ਉਹ ਕੋਈ ਮੈਨੂੰ ਬੜਾ ਉਹਨਾਂ ਦੇ ਬਾਜੀ ਤਰੱਕੀ ਵਾਲਾ ਕੰਮ ਨਹੀਂ ਦੀਦਾ, ਉਹ ਗੁਰੂ ਦੇ ਉਪਦੇਸ਼ ਨੂੰ ਤਾਂ ਐਵੇਂ ਉਹ ਗੁਰੂ ਦੇ ਮਤਲਬ ਐਵੇਂ ਸਮਝਦੇ ਜਿਹਦਾ ਵੀ ਐਵੇਂ ਡਰਾਮਾ ਜਿਹਾ ਖੇਲ ਜਿਹਾ ਕਰ ਦਿੱਤਾ, ਪਰ ਹਾਂਜੀ ਨਾਲ ਆ ਜਿਹੜੇ ਵਿਕਾਰ ਆ ਇਹਨਾਂ ਨੂੰ ਵੀ ਛੱਡਣਾ ਪਊਗਾ, ਧੀ ਭੈਣ ਨੂੰ ਸਮਝਣਾ ਪਊਗਾ, ਚੋਰੀ ਚਾਰੀ ਛੱਡਣੀ ਪਊਗੀ। ਜਵਾਨੀ ਤਾਂ ਸਾਰਿਆਂ 'ਤੇ ਆਉਂਦੀ ਆ, ਭਾਈ ਸਾਹਿਬ 'ਤੇ ਵੀ ਆਈ ਸੀ, ਸਾਡੇ 'ਤੇ ਵੀ ਆਈ ਆ, ਪਰ ਜਿਹੜਾ ਜਵਾਨੀ ਨੂੰ ਜੇ ਸਹੀ ਤਰੀਕੇ ਨਾਲ ਵਰਤੋ ਤਾਂ ਆਦਮੀ ਦਾ ਪਾਰ ਉਤਾਰਾ ਹੋ ਜਾਂਦਾ, ਜੇ ਕਹਿੰਦੇ ਨੈਣੋ ਨੀਂਦ ਪਰ ਦਸ ਵਿਗਾੜ ਸਭ ਸੋਹਣੇ ਸੁਣ ਦਿੰਦੇ ਵਿਚਾਰ, ਰਸਣਾ ਸੋਚ ਲਓ ਮਿੱਠੇ ਸਾਧ ਮਨ ਸੋਇਆ ਮਾਂ ਮਸਾਇਆ ਸਿਗਰਾ ਮੇਂ ਕੋਈ ਜਾਗਦ ਰਹੇ ਸਾਧ ਵਾਸ ਹੋਇਆ ਆਪਣੀ ਲਾਏ, ਜਿਹੜਾ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿੰਦਾ ਉਹੀ ਆਪਣੀ ਸਾਧ ਵਸਤੂ ਨੂੰ ਆਪਣੀ ਜੀਵਨ ਨੂੰ ਠੀਕ ਰੱਖ ਸਕਦਾ। ਬਹੁਤ ਧੰਨਵਾਦ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।